ਮੇਰਾ ਫਿਲਹਾਲ ਪਾਸਪੋਰਟ ਨਹੀਂ ਬਣਿਆ ਹੋਇਆ, ਮੈਨੂੰ ਆਫਰਾਂ ਹੈਗੀਆਂ ਵੀ ਤੂੰ ਗੇੜਾ ਮਾਰ, ਮੇਰਾ ਜੀ ਨਹੀਂ ਕਰਦਾ ਪਾਸਪੋਰਟ ਬਣਾਉਣ ਨੂੰ। ਪੰਜਾਬ ਦੇ ਵਿੱਚੋਂ ਜੇ ਲੋਕ ਭਗੌੜੇ ਹੋ ਰਹੇ ਆ, ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ? ਤੁਸੀਂ ਪਾਸਪੋਰਟ ਨਹੀਂ ਬਣਾਓ? ਮੈਂ ਪਾਸਪੋਰਟ ਬਣਾਵਾਂਗਾ ਵੀ, ਤਾਂ ਵੀ ਮੈਂ ਭਗੌੜਾ ਨਹੀਂ ਹੋਵਾਂਗਾ। ਜਦੋਂ ਤੁਹਾਨੂੰ ਇਸ ਮਿੱਟੀ ਦੀ ਲੋੜ ਸੀ, ਇਹਨੇ ਤੁਹਾਨੂੰ ਰਜਾਤਾ ਅਤੇ ਇਹਨੇ ਤੁਹਾਡੇ ਘਰ ਭਰਤੇ, ਤੁਹਾਡੀਆਂ ਕੋਠੀਆਂ ਕਾਠੀਆਂ ਸਭ ਪਵਾਤੀਆਂ, ਅਤੇ ਅੱਜ ਜਦੋਂ ਇਸ ਮਿੱਟੀ ਨੂੰ ਤੁਹਾਡੀ ਲੋੜ ਹੈ, ਤਾਂ ਤੁਸੀਂ ਉਸੇ ਪੈਸੇ ਪਿੱਛੇ ਇਸ ਮਿੱਟੀ ਨੂੰ ਛੱਡ ਕੇ ਹੁਣ ਉਡਾਰੀਆਂ ਮਾਰ ਰਹੇ ਹੋ, ਅਤੇ ਇਸ ਮਿੱਟੀ ਦਾ ਕੀ ਕਸੂਰ? ਮੇਰੇ ਕੋਲ ਇੱਕ ਪੂਰਾ ਪੈਲੀ ਨਹੀਂ, ਅਤੇ ਮੈਨੂੰ ਫਿਰ ਵੀ ਇਸ ਮਿੱਟੀ ਦਾ ਅਹਿਸਾਨ ਮੈਂ ਮੰਨਦਾ ਕਿ ਇੱਥੇ ਮੇਰਾ ਜਨਮ ਹੋਇਆ, ਮੇਰਾ ਆਖਰੀ ਸਾਹ ਇਸ ਮਿੱਟੀ ਲਈ ਹੋਊਗਾ, ਇਹਦੇ ਲਈ ਲੜਦੇ ਹੋਏ ਅਸੀਂ ਮਰਾਂਗੇ। ਅੱਜ ਮੇਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ, ਉਹ ਜ਼ਿਆਦਾ ਐਕਸਪੋਜ਼ਰ ਹਾਸਲ ਕਰਦੇ ਆ ਪ੍ਰਾਈਵੇਟ ਵਾਲਿਆਂ ਦੇ ਮੁਕਾਬਲੇ, ਠੀਕ ਆ? ਪ੍ਰਾਈਵੇਟ ਵਾਲਿਆਂ ਦੇ ਡੁੱਨ ਵੱਟੇ ਆ, ਅਤੇ ਮੇਰੇ ਬੱਚੇ ਜਿਹੜੇ ਹੈਗੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਹੈਸੀਅਤ ਰੱਖਦੇ, ਠੀਕ ਆ? ਇਹ ਤਾਂ ਨਹੀਂ ਵੱਡੇ ਹੋ ਕੇ ਗੁੱਸਾ ਕੱਢਣ, ਤੁਹਾਡੇ ਦੇ ਪਾਪਾ ਨੇ ਸਾਰਿਆਂ ਦੇ ਪਾਬੰਦੀ ਲਾਈ ਰੱਖੀ, ਮਾਹੌਲ ਦੇਖਦੇ ਨੇ। ਇਹ ਗੱਲ ਵੀ ਸੁਣਾਓ ਕੀ, ਤੇ ਅਸੀਂ ਆਪਦੇ ਬੱਚਿਆਂ ਨੂੰ ਜ਼ਹਿਰਾਂ ਖਵਾ ਰਹੇ ਹਾਂ, ਇਹ ਮੈਗੀ ਇਹ ਵੀ ਜ਼ਹਿਰ ਹੀ ਨੇ? ਬਿਲਕੁਲ, ਮਾਦਾ ਪਤੰਗਾ ਜਿਹੜੀ ਹੈਗੀ ਹੈ ਉਹ ਆਂਡੇ ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰਦੀ ਆ, ਯਕੀਨੀ ਬਣਾਉਂਦੀ ਆ ਕਿ ਜਿਸ ਜਗ੍ਹਾ 'ਤੇ ਮੈਂ ਆਂਡੇ ਦੇਣ ਲੱਗੀ ਹਾਂ, ਇੱਥੇ ਆਂਡੇ ਦੇ ਕੇ ਆਂਡਿਆਂ 'ਚੋਂ ਜਦੋਂ ਬੱਚੇ ਨਿਕਲਣਗੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ? ਜੇ ਉਹਦਾ ਟਾਈਮ ਲੰਘ ਜੇ, ਸੁਰੱਖਿਅਤ ਜਗ੍ਹਾ ਨਾ ਮਿਲੇ, ਤਾਂ ਉਹ ਆਂਡਿਆਂ ਦੇ ਸਮੇਤ ਹੀ ਮਰਨਾ ਮਨਜ਼ੂਰ ਕਰ ਲੈਂਦੀ ਹੈ, ਪਰ ਅਸੁਰੱਖਿਅਤ ਥਾਂ 'ਤੇ ਉਹ ਆਂਡੇ ਦੇਣਾ ਮਨਜ਼ੂਰ ਨਹੀਂ ਕਰਦੀ। ਇੱਕ ਅਸੀਂ ਸੋ ਕਾਲਡ ਅਤਿ ਬੁੱਧੀਮਾਨ, ਸਭ ਤੋਂ ਬੁੱਧੀ ਸਿਵਿਲਾਈਜ਼ਡ ਲੋਕ, ਦਿਨ 'ਚ 3 ਵਾਰੀ ਆਪਣੇ ਜੰਮਿਆਂ ਨੂੰ ਆਪਣੇ 'ਤੇ ਆਪ ਹੀ ਜ਼ਹਿਰ ਦੇਈ ਜਾਂਦੇ ਹਾਂ। ਸਾਡੇ ਨਾਲ ਤਾਂ ਉਹ ਮਾਦਾ ਪਤੰਗਾ ਹੀ ਚੰਗੀ ਹੈ ਜਿਨ੍ਹਾਂ ਦੇ ਮਗਰ ਅਸੀਂ ਢੋਲੀਆਂ ਚੱਕ ਕੇ ਤੁਰੇ ਫਿਰਦੇ ਹਾਂ, ਸਪਰੇਆਂ ਕਰਦੇ। ਸਾਡੇ ਪਰਿਵਾਰਾਂ ਦੇ ਵਿੱਚੋਂ ਕੋਈ ਖਾਲੀ ਹੱਥ ਨਹੀਂ ਸੀ ਮੁੜਦਾ ਜਦੋਂ ਅਸੀਂ 13-13 ਵਾਲੀ ਖੇਤੀ ਕਰਦੇ ਪਏ ਸੀ। ਇਸ ਤੋਂ ਬਾਅਦ ਸਾਡੇ ਉੱਤੇ ਮੇਰਾ ਵਾਲੀ ਖੇਤੀ ਆ ਜਿਹੜੀ ਉਹ ਥੋਪ ਦਿੱਤੀ ਗਈ, ਯਾਨੀ ਕਿ ਹਰੀ ਕ੍ਰਾਂਤੀ ਵਾਲੀ ਜ਼ਹਿਰੀਲੀ ਰਸਾਇਣਕ ਖੇਤੀ। ਹੁਣ ਜਿਹੜੀ 13-13 ਵਾਲੀ ਖੇਤੀ ਆ ਉਹ ਹੈਗੀ ਆ ਭਗਵਾਨ ਦੀ ਖੇਤੀ, ਅਤੇ ਜਿਹੜੀ ਮੇਰਾ ਵਾਲੀ ਖੇਤੀ ਆ ਉਹ ਹੈਗੀ ਆ ਸ਼ੈਤਾਨ ਦੀ ਖੇਤੀ। ਅਤੇ ਜਿੱਥੋਂ ਆਈ ਹੈ ਸ਼ੈਤਾਨ ਦੀ ਖੇਤੀ, ਉਸ ਕੰਟਰੀ ਨੂੰ ਡੈਵਲਸ ਨੇਸ਼ਨ ਵੀ ਕਿਹਾ ਜਾਂਦਾ, ਸ਼ੈਤਾਨ ਦਾ ਦੇਸ਼, ਅਤੇ ਉਸ ਕੰਟਰੀ ਦਾ ਨਾਂ ਕੀ ਹੈ? ਅਮਰੀਕਾ। PAU ਦਾ ਜਿਹੜਾ ਮੁੱਢਲਾ ਸਟਾਫ ਹੈ, ਪ੍ਰੋਫੈਸਰ ਸਾਇੰਟਿਸਟ, ਉਹਨਾਂ ਨੂੰ ਸਪੈਸੀਫਿਕਲੀ ਅਮਰੀਕਾ ਦੇ ਵਿੱਚ ਲਿਜਾ ਕੇ ਟ੍ਰੇਨਡ ਕੀਤਾ ਗਿਆ। ਉਸ ਟ੍ਰੇਨਿੰਗ ਤੋਂ ਬਾਅਦ ਉਹ ਇੱਥੇ ਆਉਂਦੇ ਆ, ਅਤੇ ਜੋ ਉਹਨਾਂ ਨੂੰ ਏਜੰਡਾ ਦਿੱਤਾ ਗਿਆ ਐਜੂਕੇਸ਼ਨ ਦੇ ਨਾਮ 'ਤੇ, ਜਾਣੇ ਅਣਜਾਣੇ ਉਹ ਏਜੰਡਾ ਇੱਥੇ ਪਰਸਿਊ ਕਰਦੇ ਆ ਕੈਮੀਕਲ ਫਾਰਮਿੰਗ। ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ, ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਵੀ ਯਾਰ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ, ਜਦੋਂ ਕੋਈ PAU ਦੇ ਸਾਇੰਟਿਸਟ ਤੋਂ ਪੁੱਛਦਾ, ਉਹ ਕਹਿੰਦਾ ਜੇ ਅਸੀਂ ਨਾ ਹੁੰਦੇ ਤਾਂ ਦੇਸ਼ ਭੁੱਖਾ ਮਰ ਰਿਹਾ। ਦੇਸ਼ ਭੁੱਖਾ ਮਰ ਰਿਹਾ ਸੀ, ਪੰਜਾਬ ਤਾਂ ਨਹੀਂ ਭੁੱਖਾ ਮਰ ਰਿਹਾ ਸੀ।
ਪੰਜਾਬ ਨੂੰ ਇਸਤੇਮਾਲ ਕੀਤਾ, ਹਰਿਆਣੇ ਨੂੰ ਇਸਤੇਮਾਲ ਕੀਤਾ ਦੇਸ਼ ਦੀ ਭੁੱਖ ਮਿਟਾਉਣ ਲਈ, ਅਤੇ ਉਹਦੀ ਕੀਮਤ ਅੱਜ ਦੇਸ਼ ਚੁਕਾ ਰਿਹਾ ਕਿ ਪੰਜਾਬ ਹਰਿਆਣਾ ਚੁਕਾ ਰਿਹਾ? ਅਤੇ ਜਿਹੜੀ ਉਹਦੀ ਅਸੀਂ ਕੀਮਤ ਚੁਕਾ ਰਹੇ ਹਾਂ, ਉਹਦੇ ਬਦਲੇ 'ਚ ਸਾਨੂੰ ਕੀ ਦੇ ਰਿਹਾ ਇਹ ਦੇਸ਼? ਇਹ ਇੱਕ ਵੱਡਾ ਸਵਾਲ ਆ। ਅਤੇ ਜਿਹੜੇ ਉਹ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਅਸੀਂ ਭੁੱਖੇ ਮਰਦੇ ਦੇਸ਼ ਨੂੰ ਬਚਾਇਆ, ਅਤੇ ਅੱਜ ਜ਼ਹਿਰਾਂ ਨਾਲ ਮਰਦੇ ਪੰਜਾਬ ਨੂੰ ਬਚਾਉਣਾ ਕਿਹਦੀ ਜ਼ਿੰਮੇਦਾਰੀ ਹੈ? ਪਾਣੀ ਤੋਂ ਸੱਖੜੇ ਹੁੰਦੇ ਪੰਜਾਬ ਨੂੰ ਬਚਾਉਣਾ ਕਿਹਦੀ ਜ਼ਿੰਮੇਦਾਰੀ ਹੈ? PL 480 ਦਾ ਠੂਠਾ ਲਾਲ ਬਹਾਦਰ ਸ਼ਾਸਤਰੀ ਨੇ ਫੜਨ ਤੋਂ ਇਨਕਾਰ ਕੀਤਾ। ਉਹਦੀ ਰਹੱਸਮਈ ਹਾਲਾਤਾਂ 'ਚ ਮੌਤ ਹੋ ਗਈ। JF Kennedy ਵਾਂਗੂ ਉਹਦਾ ਵੀ ਨਹੀਂ ਪਤਾ ਲੱਗਿਆ ਵੀ ਉਹਨੂੰ ਕਿਹਨੇ ਮਾਰਿਆ। ਠੀਕ ਹੈ, ਉਸ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣਦੀ ਆ, ਅਤੇ ਹਰੀ ਕ੍ਰਾਂਤੀ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹ ਸਾਈਨ ਹੋ ਜਾਂਦਾ। ਇਹੀ ਗੱਲਾਂ ਦੇ ਵਿੱਚ ਕੀਟਨਾਸ਼ਕਾਂ ਬਾਰੇ ਕਿਹਾ ਜਾਂਦਾ, ਉਹ ਕਹਿੰਦੇ ਵੀ ਕੀਟਨਾਸ਼ਕ ਤਾਂ ਪੂਰੀ ਦੁਨੀਆ ਦੇ ਅੰਦਰ ਫਸਲਾਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਸਾਰੇ ਕਿਤੇ ਆਉਂਦਾ, ਤੁਸੀਂ ਸਾਡੇ 'ਤੇ ਐਡੇ ਐਡੇ ਐਲੀਗੇਸ਼ਨ ਉਹ ਜਿਹੜੀਆਂ ਨੇਗੇ ਜਿਹੜੇ 49 ਪੈਸਟੀਸਾਈਡ ਪੂਰੀ ਦੁਨੀਆ ਉਹਨਾਂ ਨੂੰ ਵਰਤਣ ਤੋਂ ਇਨਕਾਰੀ ਸੀ, ਉਹਨਾਂ 'ਤੇ ਬੈਨ ਲੱਗਿਆ ਹੋਇਆ ਸੀ, ਉਹ ਪੰਜਾਬ ਦੇ ਵਿੱਚ ਅੱਜ ਤੋਂ 2-4 ਸਾਲ ਪਹਿਲਾਂ ਤੱਕ ਹੀ ਜਿਹੜੇ ਹੈਗੇ ਧੜੱਲੇ ਨਾਲ ਵਰਤੇ ਗਏ ਆ ਲਗਾਤਾਰ। ਤਾਂ ਸਾਇੰਟਿਸਟਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਜਿਹੜੀ ਚੀਜ਼ ਪੂਰੀ ਦੁਨੀਆ 'ਚ ਬੈਨ ਆ ਉਹਨੂੰ ਅਸੀਂ ਆਪਦੇ ਇਸ ਜਰਖੇਜ਼ ਮਿੱਟੀ 'ਤੇ ਕਿਉਂ ਇਸਤੇਮਾਲ ਕਰੀਏ, ਆਪਣੇ ਲੋਕਾਂ 'ਚ ਉਹਦਾ ਇਸਤੇਮਾਲ ਕਿਉਂ ਕਰੀਏ? ਜਿਵੇਂ ਤੁਸੀਂ ਕਹਿੰਦੇ 100 ਕਰੋੜ ਦਿੱਤਾ PA ਦਾ, ਇੱਕ ਪ੍ਰੂਫ ਹੈਗਾ ਤੁਸੀਂ ਕਹਿੰਦੇ ਹੋ ਕਿ PAU ਨੂੰ ਇਸੇ ਕੰਮ ਦੇ ਲਈ ਉਹ ਕੀਤਾ ਗਿਆ ਰੌਕਫੈਲਰ ਦਾ? ਨਹੀਂ ਨਹੀਂ, ਜਿਹੜੀ PAU ਜਦੋਂ ਬਣਦੀ ਆ ਤਾਂ ਫੋਰਡ ਫਾਊਂਡੇਸ਼ਨ ਅਤੇ ਰੌਕਫੈਲਰ ਫਾਊਂਡੇਸ਼ਨ ਨੇ ਉਹਦੇ 'ਚ ਪੈਸਾ ਲਾਇਆ, ਕਿਉਂਕਿ ਭਾਰਤ ਸਰਕਾਰ ਕੋਲ ਤਾਂ ਪੈਸੇ ਹੈ ਨਹੀਂ ਸੀ, ਉਹ ਤਾਂ ਅਮਰੀਕਾ ਤੋਂ ਪੈਸੇ ਆਏ ਆ, ਅਮਰੀਕਾ ਨੇ ਸਿੱਧੇ ਨਹੀਂ ਦਿੱਤੇ, ਫਾਊਂਡੇਸ਼ਨਾਂ ਰਾਹੀਂ ਦੇ ਤੇ। ਫਾਊਂਡੇਸ਼ਨਾਂ ਫੋਰਡ ਦੀਆਂ ਅਤੇ ਰੌਕਫੈਲਰ ਦੀਆਂ ਸੀ, ਉਹ ਦੋਨੇ ਕਾਰਪੋਰੇਟ ਆ। ਹੁਣ ਜਿਹਨੇ ਫੰਡ ਦਿੱਤਾ 100 ਕਰੋੜ PAU ਉਹਦੇ ਲਈ ਕੰਮ ਕਰੂਗੀ ਕਿ ਕਿਸਾਨਾਂ ਲਈ ਕੰਮ ਕਰੂਗੀ? PAU ਨੇ ਸਾਇੰਸ ਦੇ ਨਾਮ 'ਤੇ ਜਿਹੜੀ ਨੇਚਰ ਆ ਉਹਦਾ ਰੇਪ ਕੀਤਾ, ਪੰਜਾਬ ਦੀ ਸੋਇਲ ਦਾ ਰੇਪ ਕੀਤਾ। ਪੰਜਾਬ ਦਾ ਜਿਹੜਾ ਪਾਣੀ ਗਰਕ ਆ ਉਹ ਝੋਨੇ ਕਰਕੇ ਨਹੀਂ ਗਰਕਿਆ, ਪੰਜਾਬ ਨੂੰ ਝੋਨੇ ਦਾ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪੰਜਾਬ ਦਾ ਪਾਣੀ ਗਰਕਿਆ ਹੈਗਾ ਝੋਨੇ ਦੀ ਗਲਤ ਤਕਨੀਕ ਕਰਕੇ ਕਿ ਕੱਦੂ ਕਰਕੇ ਝੋਨਾ ਲਾਓ। ਪੰਜਾਬ ਜਿਉਂਦਾ ਤਾਂ ਗੁਰਾਂ ਦੇ ਨਾਮ 'ਤੇ ਹੈ, ਕੀ ਪੰਜਾਬ ਬਚੇਗਾ ਵੀ ਗੁਰਾਂ ਦੇ ਨਾਮ 'ਤੇ? ਇਹ ਸਵਾਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪੰਜਾਬ ਪਿਛਲੇ ਦੌਰ 'ਚੋਂ ਵੱਡੀਆਂ ਸਮੱਸਿਆਵਾਂ 'ਚੋਂ ਗੁਜ਼ਰਿਆ, ਖਾਸ ਤੌਰ 'ਤੇ ਖੇਤੀਬਾੜੀ ਜੋ ਪੰਜਾਬ ਦਾ ਧੁਰਾ ਰਹੀ ਹੈ, ਜੋ ਦੁਨੀਆ ਦਾ ਧੁਰਾ ਰਹੀ ਹੈ, ਉਹ ਵੱਡੇ ਸੰਕਟ 'ਚੋਂ ਗੁਜ਼ਰ ਰਹੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਪਾਣੀ ਹੇਠਾਂ ਜਾ ਰਿਹਾ ਬਹੁਤ, ਦਰਿਆਵਾਂ ਦੇ ਪਾਣੀ ਗੰਧਲੇ ਹੋ ਰਹੇ ਨੇ, ਔਰ ਖੇਤੀਬਾੜੀ 'ਚ ਕੀਟਨਾਸ਼ਕ ਇੰਨੇ ਜ਼ਿਆਦਾ ਨੇ ਕਿ ਕੈਂਸਰ ਵਰਗੀਆਂ ਅਲਾਮਤਾਂ ਇਸ ਕਰਕੇ ਪੈਦਾ ਹੋ ਰਹੀਆਂ ਨੇ। ਇਸ ਮਸਲੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਗੁਰਪ੍ਰੀਤ ਸਿੰਘ ਦੜਵੀ ਖਾਨਾ ਨੇ, ਜਿਹੜੇ ਇਹਨਾਂ ਮਸਲਿਆਂ 'ਤੇ ਐਕਟੀਵਿਸਟ ਨੇ, ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਕਿੱਥੋਂ ਇਹ ਸਮੱਸਿਆਵਾਂ ਪੈਦਾ ਹੋਈਆਂ, ਕਿਵੇਂ ਠੀਕ ਹੋ ਸਕਦੀਆਂ ਨੇ, ਕੀ ਮਾਡਲ ਹੋ ਸਕਦਾ ਹੈ ਜਾਂ ਕੀ ਮਾਡਲ ਬਣੇ ਨੇ ਪੰਜਾਬ 'ਚ, ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਪ੍ਰੋ ਪੰਜਾਬ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਗੁਰਪ੍ਰੀਤ, ਸਭ ਤੋਂ ਪਹਿਲਾਂ ਤਾਂ ਆਪਾਂ ਇਸੇ ਤੇ ਗੱਲ ਦੇ ਉੱਤੇ ਆਉਂਦੇ ਹਾਂ, ਜਿੱਥੇ ਅਸੀਂ ਖੜ੍ਹੇ ਹਾਂ ਇੱਥੇ ਲਿਆ ਕੇ ਸਾਨੂੰ ਕਿਹਨੇ ਖੜ੍ਹਾ ਕਰਤਾ ਜਾਂ ਅਸੀਂ ਆਪ ਖੜ੍ਹੇ ਹੋਏ ਹਾਂ ਜਿੱਥੇ ਖੜ੍ਹੇ ਹਾਂ ਅਸੀਂ? ਦੇਖੋ, ਜਿੱਥੇ ਆਪਾਂ ਖੜ੍ਹੇ ਹਾਂ ਇੱਥੇ ਲਿਆ ਕੇ ਸਾਨੂੰ ਜਿਨ੍ਹਾਂ ਨੇ ਖੜ੍ਹਾ ਕੀਤਾ ਉਹਨਾਂ ਦਾ ਆਪਾਂ
ਵਿਸ਼ੇਸ਼ ਜ਼ਿਕਰ ਕਰਾਂਗੇ ਡਿਟੇਲ ਦੇ ਵਿੱਚ। ਪਰ ਪਹਿਲਾਂ ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ। ਤੁਸੀਂ ਸ਼ੁਰੂਆਤ ਕੀਤੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਅਤੇ ਕੀ ਪੰਜਾਬ ਬਚੇਗਾ ਵੀ ਗੁਰਾਂ ਦੇ ਨਾਂ 'ਤੇ? ਤਾਂ ਇਸ ਗੱਲ ਨੂੰ ਆਧਾਰ ਬਣਾ ਕੇ ਮੈਂ ਆਪਣੀ ਗੱਲ ਦੀ ਸ਼ੁਰੂਆਤ ਕਰਨੀ ਚਾਹੁੰਦਾ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਸ਼ੁਰੂ ਤੋਂ ਹੀ, ਅਤੇ ਪੰਜਾਬ ਨੂੰ ਖੇਤੀ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ। ਸਿੱਖ ਦੀ ਕਿਰਤ ਕੀ ਹੋਏਗੀ? ਖੇਤੀ। ਤਾਂ ਪੰਜਾਬ ਨੂੰ ਖੇਤੀ ਗੁਰੂ ਸਾਹਿਬ ਨੇ ਦਿੱਤੀ, ਅਤੇ ਬਿਫੋਰ ਗ੍ਰੀਨ ਰੈਵੋਲਿਊਸ਼ਨ ਹਰੀ ਕ੍ਰਾਂਤੀ ਤੋਂ ਪਹਿਲਾਂ ਤੱਕ ਪੰਜਾਬ ਗੁਰੂ ਨਾਨਕ ਖੇਤੀ ਕਰਦਾ ਹੋਇਆ ਇੱਥੋਂ ਤੱਕ ਪਹੁੰਚਿਆ ਸੀਗਾ। ਉਸ ਸਮੇਂ ਦੇ ਵਿੱਚ ਜਿਹੜਾ ਸਾਡਾ ਖੇਤੀ ਦਾ ਪੈਟਰਨ ਹੈ ਉਹ 13-13 ਵਾਲਾ। ਤੁਸੀਂ ਦੇਖੋਗੇ ਜਿਹੜੇ ਬਿਰਤਾਂਤ ਆ ਗੁਰੂ ਸਾਹਿਬਾਨ ਨੇ ਸਿਰਜੇ, ਉਹਨਾਂ 'ਚੋਂ ਇੱਕ ਬਿਰਤਾਂਤ ਹੈ 13-13 ਵਾਲਾ। ਮੋਦੀਖਾਨੇ 'ਚੋਂ 13-13 ਤੋਲਦੇ ਆ ਅਤੇ ਸ਼ਿਕਾਇਤ ਹੁੰਦੀ ਹੈ, ਹਿਸਾਬ ਕਿਤਾਬ ਹੁੰਦਾ, ਹਿਸਾਬ ਪੂਰਾ ਨਿਕਲਦਾ ਅਤੇ ਸਮਾਨ ਵੱਧ ਜਾਂਦਾ। ਤਾਂ ਗੁਰੂ ਸਾਹਿਬ ਜਿਹਨੂੰ ਵੀ ਸਮਾਨ ਦੇ ਰਹੇ ਆ 13-13 ਕਹਿੰਦੇ ਹੋਏ ਉਹਦੀਆਂ ਝੋਲੀਆਂ ਭਰੀ ਜਾ ਰਹੇ ਆ। ਹੁਣ ਇਹ ਜਿਹੜਾ 13-13 ਵਾਲਾ ਕਨਸੈਪਟ ਆ, ਇਹਨੂੰ ਆਪਾਂ ਕਹਿੰਦੇ ਹਾਂ ਸਰਬੱਤ ਦੇ ਭਲੇ ਦਾ ਕਨਸੈਪਟ, ਸਰਬੱਤ ਦੇ ਭਲੇ ਦਾ ਸੰਕਲਪ। ਤਾਂ ਸਿੱਖੀ ਸਾਨੂੰ 13-13 ਵਾਲਾ ਸਰਬੱਤ ਦੇ ਭਲੇ ਦਾ ਸੰਕਲਪ ਦਿੰਦੀ ਆ, ਇਸ ਸੰਕਲਪ ਨਾਲ ਨਵਾਜਦੀ ਹੈ। ਤਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਤੱਕ ਜਿਹੜੀ ਖੇਤੀ ਲਗਾਤਾਰ ਹੁੰਦੀ ਆ ਰਹੀ ਹੈ ਉਹ ਇਸ ਸੰਕਲਪ ਨੂੰ ਜਿਉਂਦੀ ਖੇਤੀ ਸੀਗੀ। ਮੇਰੇ ਪੜਦਾਦਾ ਜੀ ਗ੍ਰੀਨ ਰੈਵੋਲਿਊਸ਼ਨ ਤੋਂ ਪਹਿਲਾਂ ਵਾਲੀ ਖੇਤੀ ਕਰਦੇ ਪਏ ਸੀ, ਮੈਂ ਇਹ ਮੰਨ ਕੇ ਚੱਲੋ, ਕਿਉਂਕਿ ਸਾਡੇ ਘਰ 'ਚ ਕਦੇ ਖੇਤੀ ਨਹੀਂ ਰਹੀ, ਤਾਂ ਇਸ ਕਰਕੇ ਮੈਂ ਕਹਿ ਰਿਹਾ ਵੀ ਮੰਨ ਕੇ ਚੱਲੋ ਜਿਹੜੇ ਮੇਰੀ ਉਮਰ ਦੇ ਲੋਕ ਹਨ, ਸਾਡੇ ਪੁਰਖੇ ਹਰੀ ਕ੍ਰਾਂਤੀ ਤੋਂ ਪਹਿਲਾਂ ਤੱਕ ਇਹ 13-13 ਵਾਲੀ ਖੇਤੀ ਕਰਦੇ ਪਏ ਸੀ। ਇਹਦਾ ਸਬੂਤ ਕੀ ਹੈ? ਉਹ ਖੇਤ ਦੇ ਵਿੱਚ ਬੀਜ ਪਾਉਣ ਜਾਂਦੇ ਆ, ਬਿਜਾਈ ਕਰਨ ਜਾਂਦੇ ਆ, ਤਾਂ ਉਹ ਕਹਿੰਦੇ ਆ ਗਊ ਗਰੀਬ ਦੇ ਭਾਗੀ, ਚਿੜੀ ਚਨੌਰ ਦੇ ਭਾਗੀ, ਰਾਹੀਆਂ ਪਾਂਧੀਆਂ ਦੇ ਭਾਗੀ, ਹਾਲੀਆਂ ਪਾਲੀਆਂ ਦੇ ਭਾਗੀ, ਸਭ ਦੇ ਕਰਮਾਂ ਨੂੰ ਦੇਈਂ ਮੇਰੇ ਮਾਲਕਾ। ਇਹ ਗਊ ਗਰੀਬ ਕਿਹਨੇ ਬਣਾਏ? ਜਿਹਨੂੰ ਗੁਰੂ ਸਾਹਿਬ ਨੇ ਕਿਹਾ 13। ਚਿੜੀ ਚਨੌਰ, ਰਾਹੀ ਪਾਂਧੀ, ਹਾਲੀ ਪਾਲੀ ਸਭ ਕਿਹਨੇ ਬਣਾਏ? ਜਿਹਨੂੰ ਗੁਰੂ ਸਾਹਿਬ ਨੇ ਕਿਹਾ 13। ਤਾਂ ਇਹ ਜਿਹੜਾ ਥੋਟ ਸੀਗਾ ਗਊ ਗਰੀਬ ਤੋਂ ਲੈ ਕੇ ਸਭ ਦੇ ਕਰਮਾਂ ਵਾਲਾ, ਇਹ ਸਾਡੇ ਕੋਲ 13-13 ਵਾਲੇ ਸੰਕਲਪ 'ਚੋਂ ਆਇਆ। ਅਤੇ ਹਰੀ ਕ੍ਰਾਂਤੀ ਤੋਂ ਪਹਿਲਾਂ ਤੱਕ ਅਸੀਂ ਇਸ ਥੋਟ ਨਾਲ ਖੇਤੀ ਕਰਦੇ ਆ ਰਹੇ ਸੀ। ਹੁਣ ਇਸ ਥੋਟ ਨਾਲ ਖੇਤੀ ਕਰਦੇ ਆ ਰਹੇ ਹਾਂ ਅਤੇ ਇਹਦੀਆਂ ਬਰਕਤਾਂ ਦੇਖੋ। ਮਨੁੱਖ ਨੂੰ ਜਿਉਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਭੋਜਨ ਕਿ ਪੈਸਾ? ਤਾਂ ਮੁੱਢਲੀ ਚੀਜ਼ ਭੋਜਨ ਹੈ। ਤਾਂ ਉਸ ਖੇਤੀ ਦੇ ਵਿੱਚ ਪੰਜਾਬ ਕਦੇ ਵੀ ਭੋਜਨ ਪੱਖੋਂ ਊਣਾ ਨਹੀਂ ਰਿਹਾ। ਤੁਸੀਂ ਬਜ਼ੁਰਗਾਂ ਨਾਲ ਗੱਲ ਕਰਕੇ ਦੇਖੋ, ਤੁਹਾਡੇ ਪਿਤਾ ਜੀ ਉਹਨਾਂ ਸਮਿਆਂ ਦੇ ਗਵਾਹ, ਉਹਨਾਂ ਨਾਲ ਗੱਲ ਕਰਕੇ ਦੇਖਿਓ, ਕਿਸਾਨ ਪਰਿਵਾਰਾਂ ਦੇ ਘਰਾਂ 'ਚ 20-20 ਮਣ ਛੋਲੇ, 20-20 ਮਣ ਗੁੜ, ਖੁੱਲ੍ਹਾ ਡੁੱਲਾ ਦੁੱਧ ਘਿਓ, ਅਤੇ ਖੇਤਾਂ ਦੇ ਵਿੱਚ ਖੁਰਾਕੀ ਫਸਲਾਂ ਦੀ ਭਰਪੂਰਤਾ ਹੁੰਦੀ ਸੀ। ਖੁਰਾਕ ਪੱਖੋਂ ਪੰਜਾਬ ਮਤਲਬ ਭਰਪੂਰ ਰੱਜਿਆ ਪੁੱਜਿਆ ਸੂਬਾ ਸੀ, ਅਤੇ ਖੁਰਾਕ ਇੰਨੀ ਸੀ ਪੰਜਾਬੀਆਂ ਕੋਲ ਕਿ ਖੁਦ ਖਾਂਦੇ ਹੋਏ ਅਤੇ ਵੰਡਣ ਵਾਸਤੇ ਵੀ ਖੁੱਲ੍ਹੀ ਡੁੱਲੀ ਸੀ। ਸਾਡੇ ਪਰਿਵਾਰਾਂ ਦੇ ਵਿੱਚੋਂ ਕੋਈ ਖਾਲੀ ਹੱਥ ਨਹੀਂ ਸੀ ਮੁੜਦਾ।
ਜਦੋਂ ਅਸੀਂ 13-13 ਵਾਲੀ ਖੇਤੀ ਕਰਦੇ ਪਏ ਸੀ। ਇਸ ਤੋਂ ਬਾਅਦ ਸਾਡੇ ਉੱਤੇ ਮੇਰਾ ਵਾਲੀ ਖੇਤੀ ਆ ਜਿਹੜੀ ਉਹ ਥੋਪ ਦਿੱਤੀ ਗਈ, ਯਾਨੀ ਕਿ ਹਰੀ ਕ੍ਰਾਂਤੀ ਵਾਲੀ ਜ਼ਹਿਰੀਲੀ ਰਸਾਇਣਕ ਖੇਤੀ। ਹੁਣ ਜਿਹੜੀ 13-13 ਵਾਲੀ ਖੇਤੀ ਆ ਉਹ ਹੈਗੀ ਆ ਭਗਵਾਨ ਦੀ ਖੇਤੀ, ਅਤੇ ਜਿਹੜੀ ਮੇਰਾ ਵਾਲੀ ਖੇਤੀ ਆ ਉਹ ਹੈਗੀ ਆ ਸ਼ੈਤਾਨ ਦੀ ਖੇਤੀ। ਅਤੇ ਜਿੱਥੋਂ ਆਈ ਹੈ ਸ਼ੈਤਾਨ ਦੀ ਖੇਤੀ, ਉਸ ਕੰਟਰੀ ਨੂੰ ਡੈਵਲਸ ਨੇਸ਼ਨ ਵੀ ਕਿਹਾ ਜਾਂਦਾ, ਸ਼ੈਤਾਨ ਦਾ ਦੇਸ਼। ਅਤੇ ਉਸ ਕੰਟਰੀ ਦਾ ਨਾਂ ਕੀ ਹੈ? ਅਮਰੀਕਾ। ਅਮਰੀਕਾ ਤੋਂ ਹਰੀ ਕ੍ਰਾਂਤੀ ਵਾਲੀ ਮੇਰਾ ਵਾਲੀ ਜਿਹੜੀ ਖੇਤੀ ਹੈ ਉਹ ਇੰਡੀਆ 'ਚ ਆਈ, ਅਤੇ ਇੰਡੀਆ ਨੇ ਉਹਨੂੰ ਪੰਜਾਬ 'ਤੇ, ਹਰਿਆਣੇ 'ਤੇ ਅਤੇ 2-3 ਹੋਰ ਸਟੇਟਾਂ 'ਤੇ ਥੋਪ ਦਿੱਤਾ, ਫੂਡ ਸ਼ੋਰਟੇਜ ਦਾ ਹਵਾਲਾ ਦਿੰਦੇ ਹੋਏ। ਇਹ ਖੇਤੀ ਜਿਵੇਂ ਹੀ ਅਸੀਂ ਅਪਣਾਈ ਤਾਂ ਸਾਡੀ ਜਿਹੜੀ ਹੈਗੀ ਆ ਸਦੀਵੀ ਖੁਸ਼ਹਾਲੀ ਦੇ ਜਿਹੜੇ ਹੈਗੇ ਆ ਪੁੱਠੇ ਦਿਨ ਸ਼ੁਰੂ ਹੋ ਗਏ ਅਤੇ ਉਹ ਖਤਮ ਹੁੰਦੀ ਅੱਜ ਇਸ ਕਗਾਰ 'ਤੇ ਆ ਪਹੁੰਚੀ ਹੈ। ਅਖੇ ਖੱਟਿਆ ਕੀ ਕੁਝ ਨਹੀਂ, ਗਵਾਇਆ ਕੀ ਸਭ ਕੁਝ। ਤਾਂ ਇਹਦੇ ਵਿੱਚ ਕੀ ਹੋਇਆ, ਜਦੋਂ ਤੁਸੀਂ ਮੇਰਾ ਵਾਲੀ ਖੇਤੀ ਸ਼ੁਰੂ ਕਰਦੇ ਹੋ ਤਾਂ ਉਹਦੇ ਤੋਂ ਪਹਿਲਾਂ ਪੰਜਾਬ ਦੁੱਧ ਨਹੀਂ ਸੀ ਵੇਚਦਾ। ਹਰੀ ਕ੍ਰਾਂਤੀ ਵਾਲੀ ਖੇਤੀ ਤੋਂ ਪਹਿਲਾਂ ਪੰਜਾਬ ਦੁੱਧ ਨਹੀਂ ਸੀ ਵੇਚਦਾ। ਦੁੱਧ ਵੇਚਣਾ ਪੁੱਤ ਵੇਚਣਾ ਮੰਨਿਆ ਜਾਂਦਾ ਸੀ, ਇੱਕ ਗਾਲ ਸੀ ਦੁੱਧ ਵੇਚਣਾ। ਹਰੀ ਕ੍ਰਾਂਤੀ ਵਾਲੀ ਖੇਤੀ ਸਾਡੇ 'ਤੇ ਇਹ ਕਹਿ ਕੇ ਲੱਦੀ ਗਈ ਕਿ ਜਿਹੜੀ ਤੁਹਾਡੀ ਖੇਤੀ ਹੈ ਇਹਦੇ ਵਿੱਚ ਪੈਸਾ ਨਹੀਂ ਹੈਗਾ ਅਤੇ ਪੈਸੇ ਨਾਲ ਖੁਸ਼ਹਾਲੀ ਹੁੰਦੀ ਹੈ, ਤੁਸੀਂ ਆਹ ਖੇਤੀ ਕਰੋ ਇਹਦੇ ਨਾਲ ਤੁਹਾਡੇ ਕੋਲ ਪੈਸਾ ਆਊਗਾ। ਪੀਏਯੂ ਨੇ ਕਹੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਹੀਂ, ਸਿਸਟਮ ਨੇ ਕਹੀ, ਸਿਸਟਮ ਨੇ ਪਹਿਲਾਂ ਸਿਸਟਮ, ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ। ਹਾਂ, ਜਿਹੜਾ ਸਿਸਟਮ ਹੈ ਉਹ ਅਮਰੀਕਾ ਤੋਂ ਇੱਕ ਖੇਤੀ ਲੈ ਕੇ ਆਉਂਦਾ, ਉਸ ਸਿਸਟਮ ਦਾ ਇੱਕ ਅੰਗ ਅੱਗੇ ਜਾ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਦੀ ਹੈ। ਉੱਥੇ ਜਾ ਕੇ ਤੁਸੀਂ ਦੇਖੋਗੇ ਰੌਕਫੈਲਰ ਫਾਊਂਡੇਸ਼ਨ ਅਤੇ ਫੋਰਡ ਫਾਊਂਡੇਸ਼ਨ ਦਾ ਬਕਾਇਦਾ ਉੱਥੇ ਜ਼ਿਕਰ ਹੈ ਯੂਨੀਵਰਸਿਟੀ ਦੇ ਵਿੱਚ, ਕਿ ਉਹਦੇ ਪੈਸੇ ਨਾਲ ਇਹ ਯੂਨੀਵਰਸਿਟੀ ਬਣੀ ਹੈ। ਰੌਕਫੈਲਰ ਅਤੇ ਫੋਰਡ ਫਾਊਂਡੇਸ਼ਨ ਦਾ ਪੈਸਾ ਯੂਨੀਵਰਸਿਟੀ ਦੇ ਵਿੱਚ ਲੱਗਿਆ। ਇਹ ਦੋਨੇ ਫਾਊਂਡੇਸ਼ਨਾਂ ਅਮਰੀਕਾ ਦੀਆਂ, ਅਤੇ ਇਹਨਾਂ ਦੋਨਾਂ ਫਾਊਂਡੇਸ਼ਨਾਂ ਦੇ ਜਿਹੜੇ ਮਾਲਕ ਹੈ ਉਹ ਕਾਰਪੋਰੇਟ ਆ, ਫੋਰਡ ਅਤੇ ਰੌਕਫੈਲਰ, ਇਹ ਉਹਨਾਂ ਕਾਰਪੋਰੇਸ਼ਨਾਂ ਦੇ ਮਾਲਕ ਹੈ, ਫਾਊਂਡੇਸ਼ਨਾਂ ਦੇ ਮਾਲਕ ਹੈ। ਤਾਂ ਹੁਣ ਅਮਰੀਕਾ ਤੋਂ ਚੱਲੀ ਖੇਤੀ ਕਾਰਪੋਰੇਟ ਦਾ ਏਜੰਡਾ ਲੈ ਕੇ ਅੱਗੇ ਵਧੂਗੀ ਕਿ ਕਿਸਾਨਾਂ ਦਾ ਏਜੰਡਾ ਲੈ ਕੇ ਅੱਗੇ ਵਧੂਗੀ? ਉਹਨਾਂ ਨੇ ਉਹਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ, ਜਿਹੜੀਆਂ ਉਹਨੂੰ ਫੈਲਾਉਣ ਦੀਆਂ ਜ਼ਰੂਰਤਾਂ ਸੀਗੀਆਂ ਉਹ ਉਹਨਾਂ ਨੇ ਉੱਥੇ ਪੂਰੀਆਂ ਕੀਤੀਆਂ। ਉਹਨਾਂ ਜ਼ਰੂਰਤਾਂ ਦੇ ਵਿੱਚ ਇੱਕ ਜ਼ਰੂਰਤ ਪੀਏਯੂ ਦੀ ਸੀ, ਪੀਏਯੂ ਬਣ ਗਈ। ਪੀਏਯੂ ਦਾ ਜਿਹੜਾ ਮੁੱਢਲਾ ਸਟਾਫ ਹੈ ਪ੍ਰੋਫੈਸਰ ਸਾਇੰਟਿਸਟ, ਉਹਨਾਂ ਨੂੰ ਸਪੈਸੀਫਿਕਲੀ ਅਮਰੀਕਾ ਦੇ ਵਿੱਚ ਲਿਜਾ ਕੇ ਟ੍ਰੇਨਡ ਕੀਤਾ ਗਿਆ। ਉਸ ਟ੍ਰੇਨਿੰਗ ਤੋਂ ਬਾਅਦ ਉਹ ਇੱਥੇ ਆਉਂਦੇ ਆ, ਅਤੇ ਜੋ ਉਹਨਾਂ ਨੂੰ ਏਜੰਡਾ ਦਿੱਤਾ ਗਿਆ ਐਜੂਕੇਸ਼ਨ ਦੇ ਨਾਮ 'ਤੇ, ਜਾਣੇ ਅਣਜਾਣੇ ਉਹ ਏਜੰਡਾ ਇੱਥੇ ਪਰਸਿਊ ਕਰਦੇ ਆ ਕੈਮੀਕਲ ਫਾਰਮਿੰਗ ਦਾ। ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ, ਉਹਨਾਂ ਨਾਲ ਜਦੋਂ ਗੱਲ ਹੁੰਦੀ ਹੈ ਵੀ ਯਾਰ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ, ਜਦੋਂ ਕੋਈ ਪੀਏਯੂ ਦੇ ਸਾਇੰਟਿਸਟ ਤੋਂ ਪੁੱਛਦਾ ਉਹ ਕਹਿੰਦਾ ਜੇ ਅਸੀਂ ਨਾ ਹੁੰਦੇ ਤਾਂ ਦੇਸ਼ ਭੁੱਖਾ ਮਰ ਜਾਂਦਾ। ਹਾਂ, ਇਹ ਇਦੋਂ ਵੱਡਾ ਭੁੱਖਾ ਮਰਨਾ ਠੀਕ ਹੈ ਜਾਂ ਬਿਮਾਰੀ ਨਾਲ ਮਰਨਾ ਠੀਕ ਹੈ? ਕਿਸੇ ਮੈਂ ਪੀਏਯੂ ਦੇ ਸਾਇੰਟਿਸਟ ਦਾ ਇੰਟਰਵਿਊ ਕਰ ਰਿਹਾ ਸੀ, ਮੈਂ ਉਹਨਾਂ ਨੂੰ ਔਨ ਰਿਕਾਰਡ ਇਹ ਗੱਲ ਕਹੀ। ਉਹ ਕਹਿੰਦੇ ਮੈਨੂੰ ਦੱਸੋ ਤੁਸੀਂ ਭੁੱਖਾ ਮਰਨਾ ਚਾਹੁੰਦੇ ਹੋ ਜਾਂ ਬਿਮਾਰੀ ਨਾਲ ਮਰਨਾ ਚਾਹੁੰਦੇ ਹੋ? ਤਾਂ ਓਬਵੀਅਸਲੀ ਬੰਦਾ ਕਹੂ ਮੈਂ ਬਿਮਾਰੀ ਨਾਲ ਮਰਨਾ ਚਾਹੁੰਦਾ, ਯਾਰ ਭੁੱਖਾ ਕਿਉਂ ਮਰਾਂ? ਹਾਂ, ਦੇਖੋ ਇਹ ਇੱਕ ਬਹੁਤ ਵਧੀਆ ਵਹਿਮ ਉਹਨਾਂ ਨੇ ਪਾਲਿਆ ਹੋਇਆ ਜਿਹੜੇ ਵੀ ਉਹ ਸਾਇੰਟਿਸਟ ਆ, ਠੀਕ ਹੈ? ਜੇ ਮੈਂ ਤੁਹਾਨੂੰ ਪੀਏਯੂ ਦੇ ਸਾਇੰਟਿਸਟਾਂ ਦਾ ਪੱਧਰ ਦੱਸਣ ਲੱਗ ਗਿਆ ਤਾਂ ਤੁਸੀਂ ਕਹੋਗੇ ਵੀ ਥੂ ਇਹੋ ਜਿਹੇ ਸਾਇੰਟਿਸਟਾਂ 'ਤੇ, ਠੀਕ ਹੈ? ਮੈਂ ਉਹਨਾਂ ਦੇ ਪੱਧਰ ਤੱਕ ਜਾਣਾ ਹੀ ਨਹੀਂ ਚਾਹੁੰਦਾ।
ਤਾਂ ਇਹ ਉਹਨਾਂ ਦਾ ਇੱਕ ਬਹੁਤ ਮੁਗਾਲਤਾ ਵੱਡਾ ਭਰਮ ਹੈ ਕਿ ਦੇਸ਼ ਭੁੱਖਾ ਮਰ ਜਾਂਦਾ ਜੇ PAU ਇਸ ਖੇਤੀ ਨੂੰ ਨਾ ਪਰਸਿਊ ਕਰਦੀ ਨਾ ਲੱਗਦੀ। ਇਹ ਤਾਂ ਸੱਚ ਹੈਗਾ ਕਿ ਅਸੀਂ ਬਾਹਰੋਂ ਅਨਾਜ ਮੰਗਾ ਰਹੇ ਸੀ, ਫਿਰ ਇਹਦਾ ਦੱਸੋ ਇਹਦਾ ਅਲਟਰਨੇਟਿਵ ਕੀ ਸੀਗਾ। ਹੁਣ ਤੁਸੀਂ ਦੇਖੋ ਕਿ ਬਾਹਰੋਂ ਅਨਾਜ ਮੰਗਾਉਣ ਦੀ ਜ਼ਰੂਰਤ ਕਿਉਂ ਪਈ। ਸੈਕਿੰਡ ਵਰਲਡ ਵਾਰ ਤੋਂ ਪਹਿਲਾਂ ਅੰਗਰੇਜ਼ਾਂ ਨੇ ਚੰਪਾਰਨ, ਬਿਹਾਰ ਦਾ ਚੰਪਾਰਨ ਅਤੇ ਉੜੀਸਾ ਦਾ ਇੱਕ ਵੱਡਾ ਏਰੀਆ, ਉੱਥੇ ਫੂਡ ਕਰੋਪਸ ਨੂੰ ਰਿਪਲੇਸ ਕਰਤਾ ਨੀਲ ਦੀ ਖੇਤੀ ਨਾਲ, ਇੰਡੀਗੋ ਲਾਜਵਰ ਦੀ ਖੇਤੀ ਨਾਲ। ਉਹਨਾਂ ਨੂੰ ਮਾਨਚੈਸਟਰ ਦੀਆਂ ਕੱਪੜਾ ਮਿੱਲਾਂ ਦੇ ਵਿੱਚੋਂ ਜਿਹੜਾ ਕੱਪੜਾ ਨਿਕਲਦਾ ਉਹਨੂੰ ਸਫੇਦੀ ਦੇਣ ਵਾਸਤੇ ਨੀਲ ਦੀ ਲੋੜ ਸੀ, ਤਾਂ ਉਹਨਾਂ ਨੇ ਵੱਡੇ ਪੱਧਰ 'ਤੇ ਨੀਲ ਦੀ ਖੇਤੀ ਕਰਵਾਈ। ਤਾਂ ਉਹ ਏਰੀਆ ਪਹਿਲਾਂ ਤਾਂ ਰਿਪਲੇਸ ਹੋ ਗਿਆ ਫੂਡ ਕਰੋਪਸ ਉੱਥੋਂ, ਅਤੇ ਨਾਲ ਹੀ ਉਹ ਲਗਾਤਾਰ ਨੀਲ ਦੀ ਖੇਤੀ ਕਰਨ ਕਰਕੇ ਬੰਜਰ ਹੋਇਆ, ਨੰਬਰ ਇੱਕ। ਨੰਬਰ ਦੋ, ਸੈਕਿੰਡ ਵਰਲਡ ਵਾਰ ਦੇ ਸਮੇਂ ਜਦੋਂ ਚੱਲ ਰਹੀ ਹੈ ਤਾਂ ਬੰਗਾਲ ਦਾ ਸਾਰਾ ਅਨਾਜ ਸੈਕਿੰਡ ਵਰਲਡ ਵਾਰ ਦੇ ਫੌਜੀਆਂ ਨੂੰ ਫੀਡ ਕਰਨ ਲਈ ਇਹਨਾਂ ਨੇ ਭੇਜ ਦਿੱਤਾ ਇੱਥੋਂ, ਠੀਕ ਹੈ। ਹੁਣ ਉਸ ਤੋਂ ਬਾਅਦ ਅਕਾਲ ਪੈ ਜਾਂਦਾ, ਬੰਗਾਲ ਫੈਮਾਈਨ ਜਿਹਨੂੰ ਕਹਿੰਦੇ ਆ, ਤਾਂ ਉਹਦੇ ਨਾਲ ਭੁੱਖ ਮਰੀ ਹੁੰਦੀ ਆ, ਲੱਖਾਂ ਲੋਕ ਮਰ ਜਾਂਦੇ ਆ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਵੀ ਅਕਾਲ ਪੈਂਦੇ ਸੀ, ਪਰ ਐਡਾ ਵੱਡਾ ਲੱਖਾਂ ਲੋਕਾਂ ਦੀ ਜਿਹੜੀ ਹੈਗੀ ਆ ਮੌਤ ਕਦੇ ਨਹੀਂ ਹੋਈ ਸੀ। ਤੁਸੀਂ ਇੰਡੀਆ ਦਾ ਸਾਰਾ ਇਤਿਹਾਸ ਫਰੋਲ ਕੇ ਦੇਖ ਲਓ। ਉਹ ਤਾਂ ਕਹਿੰਦੇ ਇਰੀਗੇਸ਼ਨ ਸਿਸਟਮ ਬਣਾਈ ਅਸੀਂ ਤਾਂ ਕਿ ਲੋਕ ਭੁੱਖੇ ਮਰਨੋਂ ਹਟ ਜਾਣ। ਹਾਂ, ਉਹ ਤਾਂ ਬਹੁਤ ਕੁਝ ਕਹਿਣਗੇ, ਜ਼ਰੂਰਤਾਂ ਦੇ ਵਿੱਚੋਂ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਹੈਗੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ। ਲੋਕਾਂ ਦੇ ਖਿਆਲ ਦੇ ਵਿੱਚੋਂ ਚੀਜ਼ਾਂ ਨਹੀਂ ਬਣਦੀਆਂ ਹੁੰਦੀਆਂ। ਹੁਣ ਜੇ ਤੁਸੀਂ ਕਹੋਗੇ ਆ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਟੀ ਮਾਰੀ ਜਾ ਰਹੀ ਹੈ ਐਕਸਪ੍ਰੈਸ ਵੇਜ਼ ਦੀ, ਉਹ ਲੋਕਾਂ ਲਈ ਬਣਾਏ ਜਾ ਰਹੇ ਆ, ਤਾਂ ਉਹ ਤਾਂ ਝੂਠ ਹੀ ਹੋਏਗਾ ਨਾ। ਜ਼ਰੂਰਤਾਂ ਉਹ ਐਕਸਪ੍ਰੈਸ ਵੇ ਲੋਕਾਂ ਦੀਆਂ ਜ਼ਰੂਰਤਾਂ ਨਹੀਂ ਹੈਗੇ, ਹੋ ਸਕਦਾ ਲੋਕਾਂ ਨੂੰ ਉਹਨਾਂ 'ਤੇ ਚੜ੍ਹਨਾ ਵੀ ਨਸੀਬ ਨਾ ਹੋਵੇ। ਤਾਂ ਲੋੜ ਕਾਰਪੋਰੇਟ ਦੀ ਹੋਊਗੀ, ਨਾਮ ਲੋਕਾਂ ਦਾ ਲੱਗੂਗਾ, ਅਤੇ ਫਿਰ ਉਹ ਚੀਜ਼ਾਂ ਉਸ ਤਰ੍ਹਾਂ ਸਾਡੇ ਲੀਡਰਾਂ ਦੇ, ਸਾਡੀ ਬਿਊਰੋਕਰੇਸੀ ਦੇ ਰਾਹੀਂ ਸਾਡੇ 'ਤੇ ਉਹ ਇੰਪਲੀਮੈਂਟ ਕਰ ਦਿੱਤੀਆਂ ਜਾਣਗੀਆਂ, ਸਹੀ ਸ਼ਬਦ ਆ ਥੋਪ ਦਿੱਤੀਆਂ ਜਾਣਗੀਆਂ। ਤਾਂ ਹੁਣ ਉਹ 45 ਤੱਕ ਵਿਸ਼ਵ ਯੁੱਧ ਚੱਲਿਆ, 47 'ਚ ਆਜ਼ਾਦੀ ਮਿਲ ਗਈ, ਤਾਂ ਭੁੱਖਮਰੀ ਸਾਨੂੰ ਗਿਫਟ 'ਚ ਮਿਲੀ ਸੀ ਇਸ ਸੋ ਕਾਲਡ ਫਰੀਡਮ ਦੇ ਨਾਲ, ਠੀਕ ਹੈ। ਤਾਂ ਹੁਣ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ, ਤਾਂ ਉੱਤੋਂ ਇਹ ਮੁਸੀਬਤ ਆ। ਨਹੀਂ ਨਹੀਂ ਅਕਾਲ ਮੈਂ ਕਹਿੰਦਾ ਠੀਕ ਹੈਗਾ, ਇਹ ਹਿਸਟਰੀ ਇੱਕ ਰਹੇਗੀ, ਉਹ ਤਾਂ ਹਿਸਟਰੀ ਹੈ ਭਾਈ, ਐਂ ਨਾ ਹੁੰਦਾ ਸਾਨੂੰ ਐਕਸਪਲਾਇਟ ਕਰ ਰਿਹਾ ਤਾਂ ਇੱਕ ਗੱਲ ਆ। ਮੈਂ ਸਿੱਧਾ ਪੁੱਛ ਰਿਹਾ ਕਿ ਉਦੋਂ ਅਲਟਰਨੇਟਿਵ ਕੀ ਸੀ? ਉਹ ਕਹਿੰਦੇ ਦੇਸ਼ ਭੁੱਖਾ ਮਰ ਰਿਹਾ ਸੀ, ਇਹੀ ਬਦਲ ਸੀ। ਹਾਂ, ਅਲਟਰਨੇਟ ਕੀ ਸੀ? ਉਹ ਕਹਿੰਦੇ ਦੇਸ਼ ਭੁੱਖਾ ਮਰ ਰਿਹਾ ਸੀ, ਦੇਸ਼ ਭੁੱਖਾ ਮਰ ਰਿਹਾ ਸੀ, ਪੰਜਾਬ ਤਾਂ ਨਹੀਂ ਭੁੱਖਾ ਮਰ ਰਿਹਾ ਸੀ। ਪੰਜਾਬ ਨੂੰ ਇਸਤੇਮਾਲ ਕੀਤਾ, ਹਰਿਆਣੇ ਨੂੰ ਇਸਤੇਮਾਲ ਕੀਤਾ ਦੇਸ਼ ਦੀ ਭੁੱਖ ਮਿਟਾਉਣ ਲਈ, ਅਤੇ ਉਹਦੀ ਕੀਮਤ ਅੱਜ ਦੇਸ਼ ਚੁਕਾ ਰਿਹਾ ਕਿ ਪੰਜਾਬ ਹਰਿਆਣਾ ਚੁਕਾ ਰਿਹਾ, ਅਤੇ ਜਿਹੜੀ ਉਹਦੀ ਅਸੀਂ ਕੀਮਤ ਚੁਕਾ ਰਹੇ ਹਾਂ ਉਹਦੇ ਬਦਲੇ 'ਚ ਸਾਨੂੰ ਕੀ ਦੇ ਰਿਹਾ ਇਹ ਦੇਸ਼? ਇਹ ਇੱਕ ਵੱਡਾ ਸਵਾਲ ਹੈ। ਅਤੇ ਜਿਹੜੇ ਉਹ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਅਸੀਂ ਭੁੱਖੇ ਮਰਦੇ ਦੇਸ਼ ਨੂੰ ਬਚਾਇਆ, ਅਤੇ ਅੱਜ ਜ਼ਹਿਰਾਂ ਨਾਲ ਮਰਦੇ ਪੰਜਾਬ ਨੂੰ ਬਚਾਉਣਾ ਕਿਹਦੀ ਜ਼ਿੰਮੇਵਾਰੀ ਹੈ? ਪਾਣੀ ਤੋਂ ਸੱਖੜੇ ਹੁੰਦੇ ਪੰਜਾਬ ਨੂੰ ਬਚਾਉਣਾ ਕਿਹਦੀ ਜ਼ਿੰਮੇਦਾਰੀ ਹੈ? ਸੋਇਲ ਡੀਗ੍ਰੇਡ ਹੋ ਗਈ ਪੰਜਾਬ ਦੀ, ਪੰਜਾਬ ਦੀ ਬੰਜਰ ਹੁੰਦੀ ਸੋਇਲ ਨੂੰ ਬਚਾਉਣਾ ਕਿਹਦੀ ਜ਼ਿੰਮੇਦਾਰੀ ਹੈ? ਕੀ ਉਹ ਸਾਇੰਟਿਸਟ ਅੱਜ ਇਹ ਜ਼ਿੰਮੇਦਾਰੀ ਲੈ ਕੇ ਅੱਗੇ ਆਉਂਦਾ ਵੀ ਅੱਜ ਪੰਜਾਬ ਮਰਦਾ ਪਿਆ ਦੇਸ਼ ਨੂੰ ਬਚਾਉਣ ਦੇ ਚੱਕਰ 'ਚ, ਅੱਜ ਅਸੀਂ ਪੰਜਾਬ ਨੂੰ ਬਚਾਉਣ ਲਈ ਯੂਨੀਵਰਸਿਟੀ ਦਾ ਜਿਹੜਾ ਪੁਰਾਣਾ ਹਿਸਾਬ ਕਿਤਾਬ ਆ ਉਹਨੂੰ ਰੱਦ ਕਰਕੇ ਨਵੇਂ ਹਿਸਾਬ ਕਿਤਾਬ ਨਾਲ ਆਪਣੀ ਨਵੀਂ ਸ਼ੁਰੂਆਤ ਕਰਦੇ ਹਾਂ? ਨਹੀਂ ਆ ਰਹੇ ਉਹ, ਅੱਗੇ ਹਾਲੇ ਵੀ ਨਹੀਂ ਆ ਰਹੇ। ਤੁਸੀਂ ਦੇਖੋ
ਦੇਸ਼ ਭੁੱਖਾ ਮਰਦਾ ਪਿਆ ਸੀ, ਗੱਲ ਸਹੀ ਆ। PL 480 ਵਾਲੇ ਠੂਠੇ ਦੀ ਗੱਲ ਸੀ ਉਹ ਵੀ ਸਹੀ ਆ। PL 480 ਦਾ ਠੂਠਾ ਲਾਲ ਬਹਾਦਰ ਸ਼ਾਸਤਰੀ ਨੇ ਪੜ੍ਹਨ ਤੋਂ ਇਨਕਾਰ ਕੀਤਾ, ਉਹਦੀ ਰਹੱਸਮਈ ਹਾਲਾਤਾਂ 'ਚ ਮੌਤ ਹੋ ਗਈ। ਜੌਨ ਐਫ ਕਨੇਡੀ ਵਾਂਗੂ ਉਹਦਾ ਵੀ ਨਹੀਂ ਪਤਾ ਲੱਗਿਆ ਵੀ ਉਹਨੂੰ ਕਿਹਨੇ ਮਾਰਿਆ, ਠੀਕ ਹੈ। ਉਸ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣਦੀ ਆ ਅਤੇ ਹਰੀ ਕ੍ਰਾਂਤੀ ਵਾਲਾ ਜਿਹੜਾ ਹਿਸਾਬ ਕਿਤਾਬ ਆ ਉਹ ਸਾਈਨ ਹੋ ਜਾਂਦਾ ਅਤੇ ਦੇਸ਼ 'ਤੇ ਹਰੀ ਕ੍ਰਾਂਤੀ ਜਿਹੜੀ ਹੈਗੀ ਆ ਥੋਪ ਦਿੱਤੀ ਜਾਂਦੀ ਆ। ਉਹਦਾ ਭੁਗਤ ਭੋਗੀ ਹੁਣ ਉਹ ਸਟੇਟ ਹੈਗੇ ਆ ਜਿੱਥੇ ਇਹ ਲਾਗੂ ਕੀਤੀ ਗਈ। ਜਿਵੇਂ ਇਹੀ ਗੱਲਾਂ ਦੇ ਵਿੱਚ ਕੀਟਨਾਸ਼ਕਾਂ ਬਾਰੇ ਕਿਹਾ ਜਾਂਦਾ, ਉਹ ਕਹਿੰਦੇ ਵੀ ਕੀਟਨਾਸ਼ਕ ਤਾਂ ਪੂਰੀ ਦੁਨੀਆ ਦੇ ਅੰਦਰ ਫਸਲਾਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਸਾਰੇ ਕਿਤੇ ਆਉਂਦਾ। ਤੁਸੀਂ ਸਾਡੇ ਤੇ ਐਡੇ ਐਲੀਗੇਸ਼ਨ ਉਹ ਜਿਹੜੀਆਂ ਨੇਗੇ ਕਿ ਜੇ ਐਨ ਜੀ ਓ ਬਣੀ ਇਸ ਕਰਕੇ ਨੇ, ਇੱਕ ਦੇ ਇੰਟਰਸਟ 'ਚ ਕੰਮ ਕਰਦੇ ਆ, ਦੂਜੇ ਦੇ ਤੁਹਾਡੇ ਵਰਗੇ ਐਕਟਿਵਿਸਟ ਵਿਰੋਧ ਕਰਦੇ ਨੇ। ਹੁਣ ਜਿਹੜੀ ਤੁਸੀਂ ਕੀਟਨਾਸ਼ਕਾਂ ਦੀ ਗੱਲ ਤੋਰੀ, ਅੱਜ ਤੋਂ ਕੁਝ ਸਾਲ ਪਹਿਲਾਂ ਤੱਕ 49 ਪੈਸਟੀਸਾਈਡ ਜਿਹੜੇ ਕਿ ਪੂਰੀ ਦੁਨੀਆ 'ਚ ਬੈਨ ਸੀਗੇ ਉਹ ਪੰਜਾਬ 'ਚ ਧੜੱਲੇ ਨਾਲ ਵਰਤੇ ਜਾ ਰਹੇ ਸੀਗੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਕਰਕੇ। ਜਿਹੜੇ 49 ਪੈਸਟੀਸਾਈਡ ਪੂਰੀ ਦੁਨੀਆ ਉਹਨਾਂ ਨੂੰ ਵਰਤਣ ਤੋਂ ਇਨਕਾਰੀ ਸੀ, ਉਹਨਾਂ 'ਤੇ ਬੈਨ ਲੱਗਿਆ ਹੋਇਆ ਸੀ, ਉਹ ਪੰਜਾਬ ਦੇ ਵਿੱਚ ਅੱਜ ਤੋਂ 2-4 ਸਾਲ ਪਹਿਲਾਂ ਤੱਕ ਹੀ ਜਿਹੜੇ ਹੈਗੇ ਧੜੱਲੇ ਨਾਲ ਵਰਤੇ ਗਏ ਆ ਲਗਾਤਾਰ। ਤਾਂ ਸਾਇੰਟਿਸਟਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਜਿਹੜੀ ਚੀਜ਼ ਪੂਰੀ ਦੁਨੀਆ 'ਚ ਬੈਨ ਆ ਉਹਨੂੰ ਅਸੀਂ ਆਪਦੇ ਇਸ ਜਰਖੇਜ਼ ਮਿੱਟੀ 'ਤੇ ਕਿਉਂ ਇਸਤੇਮਾਲ ਕਰੀਏ, ਆਪਣੇ ਲੋਕਾਂ 'ਚ ਉਹਦਾ ਇਸਤੇਮਾਲ ਕਿਉਂ ਕਰੀਏ। ਤਾਂ ਉਹ ਇਹ ਯੂਨੀਵਰਸਿਟੀ ਦੀ ਨੱਕ ਥੱਲੇ ਹੋਇਆ, ਠੀਕ ਹੈ। ਚਲੋ ਅਸੀਂ ਮੰਨ ਲੈਂਦੇ ਹਾਂ ਵੀ ਦੇਸ਼ ਦਾ ਢਿੱਡ ਭਰਨ ਲਈ ਇਹਦੀ ਲੋੜ ਸੀ, ਠੀਕ ਹੈ। ਦੋ ਤਰ੍ਹਾਂ ਦੀ ਸਟਰੈਟਜੀ ਹੋ ਸਕਦੀ ਸੀ, ਹੋਣੀ ਵੀ ਚਾਹੀਦੀ ਸੀ ਕਿ ਵੀ ਇਮੀਡੀਏਟਲੀ ਐਮਰਜੈਂਸੀ ਸਾਨੂੰ ਦੇਸ਼ ਦਾ ਢਿੱਡ ਭਰਨ ਲਈ ਆਹ ਰਾਹ ਅਖਤਿਆਰ ਕਰਨਾ ਪੈ ਰਿਹਾ ਅਤੇ ਅਸੀਂ ਵਿਦਨ 10-20 ਈਅਰਸ 10-20 ਸਾਲਾਂ ਦੇ ਬਾਅਦ ਇਹਦਾ ਅਸੀਂ ਮੁਲਾਂਕਣ ਕਰਾਂਗੇ ਅਤੇ ਉਸ ਦੇ ਆਧਾਰ 'ਤੇ ਅਸੀਂ ਜਿਹੜਾ ਹੈਗਾ ਅਗਲਾ ਡਿਸੀਜਨ ਲਵਾਂਗੇ ਵੀ ਇਹਨੂੰ ਜਾਰੀ ਰੱਖਣਾ ਚਾਹੀਦਾ, ਇਹਨੂੰ ਛੱਡ ਦੇਣਾ ਚਾਹੀਦਾ ਜਾਂ ਕੋਈ ਵਿੱਚ ਵਿਚਾਲੇ ਦਾ ਰਾਹ ਲੈਣਾ ਚਾਹੀਦਾ। ਇਸ ਤਰ੍ਹਾਂ ਦੀ ਕੋਈ ਨੀਤੀ ਨਹੀਂ ਅਪਣਾਈ ਗਈ। ਦੂਸਰਾ, ਤੁਸੀਂ ਐਮਰਜੈਂਸੀ ਇਹ ਮਾਡਲ ਅਡੋਪਟ ਕਰ ਲਿਆ, ਕੋਈ ਦਿੱਕਤ ਨਹੀਂ, ਅਤੇ ਨਾਲ ਪੈਰਲਲ ਆਪਣਾ ਜਿਹੜਾ ਇੰਡੀਜੀਨਸ ਮਾਡਲ ਸੀਗਾ, ਸਾਡਾ ਵਿਜ਼ਡਮ ਸੀਗਾ ਐਗਰੀਕਲਚਰ ਦਾ, ਅਸੀਂ 5000 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਾਂ, ਰਿਟਰਨ ਦੇ ਵਿੱਚ ਮਿਲਦਾ। 2500 ਸਾਲ ਪੁਰਾਣੀ ਕਿਤਾਬ ਆ ਉਪਵਨ ਵਿਨੋਦ, 2500 ਸਾਲ ਪੁਰਾਣੀ ਕਿਤਾਬ ਆ ਵਰਿਕਸ਼ ਆਯੁਰਵੇਦ, ਉਹ ਉਪਲਬਧ ਆ। ਮਤਲਬ ਸਾਡੀ ਖੇਤੀ ਦਾ ਇਤਿਹਾਸ ਰਿਟਰਨ ਦੇ ਵਿੱਚ 5000 ਸਾਲ ਤੱਕ 2500 ਸਾਲ ਤੱਕ ਪੁਰਾਣਾ ਸਾਨੂੰ ਮਿਲਦਾ ਪਿਆ। ਤਾਂ ਉਹਦੇ ਵਿੱਚੋਂ ਕੋਈ ਰਾਹ ਲੈਣ ਦੀ ਲੋੜ ਸੀ ਕਿ ਨਹੀਂ? ਲਿਆ ਜਾ ਸਕਦਾ ਸੀ ਪਰ ਅਪਰੋਚ ਗਲਤ ਸੀ। ਜਿਵੇਂ ਤੁਸੀਂ ਕਹਿੰਦੇ 100 ਕਰੋੜ ਦਿੱਤਾ, ਪੀਏ ਦਾ ਕੋਈ ਪ੍ਰੂਫ ਹੈਗਾ ਗਾ? ਤੁਸੀਂ ਕਹਿੰਦੇ ਹੋ ਕਿ ਪੀਏ ਯੂ ਨੂੰ ਇਸੇ ਕੰਮ ਦੇ ਲਈ ਉਹ ਕੀਤਾ ਗਿਆ ਰੌਕਫੈਲਰ ਦਾ? ਨਹੀਂ, ਜਿਹੜੀ PAU ਜਦੋਂ ਬਣਦੀ ਆ ਤਾਂ ਫੋਰਡ ਫਾਊਂਡੇਸ਼ਨ ਅਤੇ ਰੌਕਫੈਲਰ ਫਾਊਂਡੇਸ਼ਨ ਨੇ ਉਹਦੇ 'ਚ ਪੈਸਾ ਲਾਇਆ। ਕਿੰਨਾ ਪੈਸਾ ਲਾਇਆ ਉਹਦਾ ਨਹੀਂ ਆਪਾਂ ਨੂੰ ਪਤਾ ਕਿੰਨਾ ਲਾਇਆ, ਠੀਕ ਹੈ, ਕਿਉਂਕਿ ਭਾਰਤ ਸਰਕਾਰ ਕੋਲ ਤਾਂ ਪੈਸੇ ਹੈ ਨਹੀਂ ਸੀ, ਉਹ ਤਾਂ ਅਮਰੀਕਾ ਤੋਂ ਪੈਸੇ ਆਏ ਆ, ਅਮਰੀਕਾ ਨੇ ਸਿੱਧੇ ਨਹੀਂ ਦਿੱਤੇ, ਫਾਊਂਡੇਸ਼ਨਾਂ ਰਾਹੀਂ ਦੇ ਤੇ। ਫਾਊਂਡੇਸ਼ਨਾਂ ਫੋਰਡ ਦੀਆਂ ਅਤੇ ਰੌਕਫੈਲਰ ਦੀਆਂ ਸੀ, ਉਹ ਦੋਨੇ ਕਾਰਪੋਰੇਟ ਆ, ਠੀਕ ਹੈ। ਸੋ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਵਾਲਾ ਸਿਸਟਮ ਇੱਥੇ ਹਾਲੇ ਤੱਕ ਵੀ ਚਾਲੂ ਆ। ਮੇਰੇ ਕੋਲ ਇੱਕ ਜਾਣਕਾਰੀ ਆ, 2008-09 ਜਾਂ 2009-10 ਦੇ ਵਿਚਾਲੇ PAU ਨੂੰ ਸਰਕਾਰ ਵੱਲੋਂ ਬਹੁਤੀ ਫੰਡਿੰਗ ਨਹੀਂ ਸੀਗੀ ਅਤੇ PAU ਕੋਲ 100 ਕਰੋੜ ਦੀ ਫੰਡਿੰਗ ਮੋਨਸੈਂਟੋ ਵੱਲੋਂ ਸੀ, ਠੀਕ ਹੈ। ਹੁਣ PAU ਨੂੰ ਫੰਡ ਕਰ ਰਹੀ ਆ ਮੋਨਸੈਂਟੋ, ਇੱਕ ਮਲਟੀਨੈਸ਼ਨਲ ਜਿਹਨੂੰ ਕਿ ਬਾਅਦ 'ਚ ਬੇਅਰ ਨੇ ਖਰੀਦ ਲਿਆ, ਠੀਕ ਹੈ, ਬਾਇਰ ਨੇ, ਹਾਂ, ਉਹਨੂੰ
ਆਪਣੇ ਆਪਾਂ ਬਾਇਰ ਕਹਿੰਦੇ ਹਾਂ, ਉਂਝ ਬੇਅਰ ਕਹਿੰਦੇ ਹਾਂ ਉਹਨੂੰ, ਤਾਂ ਬਾਇਰ ਨੇ ਉਹਨੂੰ ਖਰੀਦ ਲਿਆ। ਤਾਂ ਹੁਣ ਜਿਹਨੇ ਫੰਡ ਦਿੱਤਾ 100 ਕਰੋੜ PSU, ਉਹਦੇ ਲਈ ਕੰਮ ਕਰੂਗੀ ਕਿ ਕਿਸਾਨਾਂ ਲਈ ਕੰਮ ਕਰੂਗੀ? ਇਹ ਇੱਕ ਵੱਡਾ ਸਵਾਲ ਹੈ। ਫਿਰ ਦੂਜੀ ਗੱਲ, PSU ਕਹਿੰਦੀ ਹੈ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਓ, 42 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਓ ਮਾੜੀਆਂ ਜ਼ਮੀਨਾਂ 'ਚ, ਅਤੇ 33 ਬੂਟੇ ਪ੍ਰਤੀ 42 ਬੂਟੇ ਭਾਰੀਆਂ ਮਾੜੀਆਂ ਜ਼ਮੀਨਾਂ 'ਚ, ਅਤੇ ਭਾਰੀਆਂ ਜ਼ਮੀਨਾਂ 'ਚ 33 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਓ। ਠੀਕ ਹੈ, ਇਹ ਕਹਿੰਦੀ ਆ। ਮੈਂ ਤੁਹਾਡੇ ਰਾਹੀਂ PSU ਨੂੰ ਚੈਲੰਜ ਕਰਦਾ ਵੀ ਇੱਕ ਖੇਤ ਵੱਟ ਸਨ ਕਿਸਾਨ ਕਰੂਗਾ, ਇੱਕ ਏਕੜ PSU ਕਰੇ, ਆਪਣੀਆਂ ਸਾਰੀਆਂ ਸਿਫਾਰਿਸ਼ਾਂ ਨਾਲ, ਆਪਣੇ ਦਿੱਤੇ ਹੋਏ ਹਿਸਾਬ ਕਿਤਾਬ ਨਾਲ ਉਹ ਝੋਨਾ ਲਾ ਲਏ 33-42 ਬੂਟਿਆਂ ਵਾਲਾ, ਅਤੇ ਇੱਕ ਪਾਸੇ ਜਿਵੇਂ ਕਿਸਾਨ ਲਾਉਂਦਾ 17-20 ਬੂਟੇ ਲਾ ਕੇ ਕਰਦਾ, ਇੱਕ ਪਾਸੇ ਕਿਸਾਨ ਕਰੂਗਾ, ਇੱਕ ਪਾਸੇ PSU ਕਰੂਗੀ, ਕਿਸਾਨ ਤੋਂ ਝੋਨਾ ਵਧਾ ਕੇ ਕੱਢ ਦੇਣ, ਕਿਸਾਨ ਤੋਂ 1 ਕਿਲੋ ਝੋਨਾ ਵੱਧ ਦੇ ਦੇਣ, ਆਪਾਂ PSU ਵਾਲਿਆਂ ਦੀ ਜੁੱਤੀ 'ਚ ਪਾਣੀ ਪੀਵਾਂਗੇ। ਠੀਕ ਹੈ, PSU ਨੇ ਸਾਇੰਸ ਦੇ ਨਾਮ 'ਤੇ ਜਿਹੜੀ ਨੇਚਰ ਹੈ ਉਹਦਾ ਰੇਪ ਕੀਤਾ, ਪੰਜਾਬ ਦੀ ਸੋਇਲ ਦਾ ਰੇਪ ਕੀਤਾ, ਪੰਜਾਬ ਦੇ ਲੋਕਾਂ 'ਤੇ ਜ਼ੁਲਮ ਢਾਇਆ, ਪੰਜਾਬ ਦਾ ਪਾਣੀ ਖਿੱਚਤਾ। ਸੰਨ 2000 ਦੇ ਵਿੱਚ ਡਾਕਟਰ ਦਲੇਰ ਸਿੰਘ ਜੀ ਹੋਏ ਆ, ਹੁਣ ਵੀ ਮੌਜੂਦ ਆ ਸਾਡੇ 'ਚ, ਉਹਨਾਂ ਨੇ ਵੱਟਾਂ ਵਾਲੇ ਝੋਨੇ ਦੀ ਤਕਨੀਕ ਕਾਮਯਾਬ ਕਰਕੇ ਦਿਖਾ ਦਿੱਤੀ। PSU ਨੂੰ ਅਪਰੋਚ ਕੀਤਾ ਲਗਾਤਾਰ, 2006-07 ਦੇ ਵਿੱਚ ਵੀ ਅਪਰੋਚ ਕੀਤਾ, ਅਤੇ ਡਾਕਟਰ ਗੁਰਦੇਵ ਸਿੰਘ ਖੁਸ਼, ਉਹਨਾਂ ਨੂੰ ਤੁਸੀਂ ਜਾਣਦੇ ਹੋ, ਰਾਈਸ ਦੇ ਬਹੁਤ ਤਕੜੇ ਬਰੀਡਰ ਸਾਇੰਟਿਸਟ ਹੋਏ ਆ, ਉਹ ਉਦੋਂ ਮਨੀਲਾ ਦੇ ਵਿੱਚ ਹੁੰਦੇ ਸੀ, ਫਿਲਪਾਈਨ ਜਿਹੜਾ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਆ, ਉਹ ਸਪੈਸ਼ਲੀ ਉੱਥੋਂ ਡਾਕਟਰ ਦਲੇਰ ਸਿੰਘ ਦੇ ਕੀਤੇ ਹੋਏ ਇਸ ਕਾਮਯਾਬ ਕੰਮ ਨੂੰ ਦੇਖਣ ਆਏ, ਬਹੁਤ ਐਡਮਾਇਰ ਕੀਤਾ, ਅਖਬਾਰਾਂ 'ਚ ਖਬਰਾਂ ਲੱਗੀਆਂ, ਮੇਨ ਸਟਰੀਮ ਅੰਗਰੇਜ਼ੀ ਦੇ ਅਖਬਾਰਾਂ 'ਚ ਵੀ ਖਬਰਾਂ ਲੱਗੀਆਂ, ਅਤੇ ਡਾਕਟਰ ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਆਹ ਤਾਂ ਤੁਸੀਂ ਯਾਰ ਜ਼ਬਰਦਸਤ ਰਾਹ ਦਿੱਤਾ ਹੈਗਾ ਪੰਜਾਬ ਦਾ ਪਾਣੀ ਸੇਵ ਕਰਨ ਦਾ। ਅਤੇ PSU ਦੇ ਵਿੱਚ ਉਦੋਂ GS ਕਾਲਕਟ ਜੀ VC ਹੁੰਦੇ ਸੀ, ਉਹਨਾਂ ਨੂੰ ਕਿਹਾ ਕਿ ਇਸ ਚੀਜ਼ 'ਤੇ ਕੰਮ ਕਰੋ, ਇਹਨੂੰ ਅੱਗੇ ਲੈ ਕੇ ਜਾਓ। 2007 ਦੀਆਂ ਗੱਲਾਂ, 7-8 ਦੀਆਂ, ਅਤੇ PSU ਨੇ ਉਹਦੇ PSU ਦੇ ਕੰਨ 'ਤੇ ਜੂਣੀ ਸਰਕੀ। 2020 ਆ ਗਿਆ, PSU ਦੇ ਕੰਨ 'ਤੇ ਜੂਣੀ ਸਰਕੀ। 2007 ਤੋਂ ਲੈ ਕੇ 2017 ਤੱਕ ਡਾਕਟਰ ਦਲੇਰ ਸਿੰਘ ਬਿਮਾਰ ਰਹੇ, ਉਹ ਆਊਟ ਆਫ ਫੀਲਡ ਹੋ ਗਏ। ਜਦੋਂ ਵਾਪਸ ਆਏ ਤਾਂ 2018 ਦੇ ਵਿੱਚ ਉਹਨਾਂ ਨੇ ਵੱਟਾਂ ਵਾਲੇ ਝੋਨੇ ਦੀ ਕੰਪੇਨ ਮੁੜ ਸ਼ੁਰੂ ਕੀਤੀ, ਅਤੇ ਮੈਨੂੰ ਵੀ ਧਿਆਨ 'ਚ ਆਈ, ਅਤੇ ਮੈਂ ਆਪਣੇ ਚੈਨਲ ਰਾਹੀਂ, ਮੇਰੇ ਇੱਕ ਮਿੱਤਰ ਦੇ ਚੈਨਲ ਰਾਹੀਂ, ਯੂਟਿਊਬ ਰਾਹੀਂ, ਫੇਸਬੁੱਕ ਰਾਹੀਂ ਅਸੀਂ ਉਹ ਕੰਪੇਨ ਚੱਕ ਲਈ। ਉਹਦੇ ਕਰਕੇ ਲੱਖਾਂ ਹਜ਼ਾਰਾਂ ਏਕੜਾਂ ਦੇ ਵਿੱਚ ਸੈਂਕੜੇ ਕਿਸਾਨਾਂ ਨੇ ਵੱਟਾਂ ਵਾਲਾ ਝੋਨਾ ਕਾਮਯਾਬੀ ਨਾਲ ਕਰਕੇ ਦਿਖਾਇਆ। ਵੱਟਾਂ ਵਾਲੇ ਝੋਨੇ ਨਾਲ ਆਲਮੋਸਟ 0 ਪਾਣੀ ਕੰਜ਼ਿਊਮ ਕਰਕੇ ਵੱਟਾਂ ਵਾਲੀ ਤਕਨੀਕ ਨਾਲ ਝੋਨਾ ਸਫਲ ਹੋ ਜਾਂਦਾ। ਤਾਂ ਉਹਦੇ ਵਿੱਚ ਕੀ ਹੈ ਕਿ ਪਡਲਿੰਗ ਨਹੀਂ ਹੁੰਦੀ, ਪੰਜਾਬ ਦਾ ਜਿਹੜਾ ਪਾਣੀ ਗਰਕ ਆ ਉਹ ਝੋਨੇ ਕਰਕੇ ਨਹੀਂ ਗਰਕਿਆ, ਪੰਜਾਬ ਨੂੰ ਝੋਨੇ ਦਾ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਪੰਜਾਬ ਦਾ ਪਾਣੀ ਗਰਕਿਆ ਹੈਗਾ ਝੋਨੇ ਦੀ ਗਲਤ ਤਕਨੀਕ ਕਰਕੇ, ਕਿ ਕੱਦੂ ਕਰਕੇ ਝੋਨਾ ਲਾਓ। ਜਦੋਂ ਤੁਸੀਂ ਕੱਦੂ ਕਰ ਦਿੰਦੇ ਆ, ਜਿੰਨਾ ਮੀਂਹ ਦਾ ਪਾਣੀ ਹੁੰਦਾ ਉਹ ਵੀ ਰੁੜ ਜਾਂਦਾ, ਜਿੰਨਾ ਮੋਟਰਾਂ ਦਾ ਪਾਣੀ ਹੁੰਦਾ ਕੁਛ ਝੋਨਾ ਵਰਤ ਲੈਂਦਾ, ਅਤੇ ਬਹੁਤਾ ਪਾਣੀ ਇਵਾਪੋਰੇਟ ਹੋ ਜਾਂਦਾ ਕਿਉਂਕਿ ਥੱਲੇ ਉਹ ਰਿਸ ਨਹੀਂ ਰਿਹਾ। ਤਾਂ
ਜਿਹੜੀ ਵੱਟਾਂ ਵਾਲੀ ਤਕਨੀਕ ਆ ਉਹਦੇ ਵਿੱਚ ਕੱਦੂ ਹੁੰਦਾ ਨਹੀਂ, ਕੜ ਭੰਨਿਆ ਜਾਂਦਾ ਅਤੇ ਉਹਦੇ 'ਤੇ ਝੋਨਾ ਲੱਗਦਾ, 50% ਪਾਣੀ ਇਸਤੇਮਾਲ ਹੁੰਦਾ। ਖੇਲਾਂ ਪੈ ਗਈਆਂ, ਪਹਿਲਾਂ ਫਲੱਡ ਹੋ ਰਿਹਾ ਸੀ ਪੂਰੇ ਵਾਹਣ 'ਚ, ਹੁਣ ਖੇਲਾਂ 'ਚ ਪਾਣੀ ਲੱਗ ਰਿਹਾ। ਜੇ 6 ਘੰਟਿਆਂ 'ਚ ਇੱਕ ਭਰਦਾ ਸੀ ਕਿੱਲਾ ਤਾਂ ਹੁਣ 3 ਘੰਟਿਆਂ 'ਚ ਉਹ ਕਿੱਲਾ ਭਰ ਰਿਹਾ। 50% ਪਾਣੀ ਦੇ ਨਾਲ ਤੁਹਾਡਾ ਝੋਨਾ ਲੱਗ ਰਿਹਾ, ਉਸ 50 ਦੇ ਵਿੱਚੋਂ 25% ਪਾਣੀ ਧਰਤੀ ਪੀ ਰਹੀ ਆ, ਕੁਛ ਝੋਨਾ ਤਾਂ ਇਵੈਪੋਰੇਸ਼ਨ ਦੇ ਵਿੱਚ ਚਲਾ ਜਾਂਦਾ। ਠੀਕ ਹੈ, ਹੁਣ ਪਾਣੀ ਕਿੰਨੇ ਨਾਲ ਝੋਨਾ ਹੋ ਰਿਹਾ? 25% ਨਾਲ। ਅਤੇ ਜਦੋਂ ਬਾਰਿਸ਼ਾਂ ਸ਼ੁਰੂ ਹੁੰਦੀਆਂ ਅਤੇ ਬਾਰਿਸ਼ਾਂ ਦਾ ਸਾਰਾ ਪਾਣੀ, ਮੋਟਰਾਂ ਬੰਦ, ਬਾਰਿਸ਼ਾਂ ਦਾ ਪਾਣੀ ਖੇਤ 'ਚ, ਅਤੇ ਉਹਦੇ ਵਿੱਚੋਂ ਵੀ ਅੱਧਾ ਪਾਣੀ ਰੀਚਾਰਜ ਹੋ ਰਿਹਾ। ਮਤਲਬ ਆਲਮੋਸਟ 0 ਵਾਟਰ ਦੇ ਨਾਲ ਤੁਹਾਡੀ ਝੋਨੇ ਦੀ ਖੇਤੀ ਹੋ ਰਹੀ ਹੈ। ਤੁਸੀਂ ਕਹਿੰਦੇ ਪਾਣੀ ਬੜਾ ਖਤਰਨਾਕ ਹੈਗਾ, ਕਿਸੇ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਧਰਤੀ ਜਿਹੜਾ ਚਾਹੀਦੀ ਹੈ ਮਿੱਟੀ, ਧੁੱਪ ਅਤੇ ਨਮੀ। ਹਾਂਜੀ, ਪਾਣੀ ਤੁਸੀਂ ਕਹਾਵਤ ਹਵਾ ਰੋਸ਼ਨੀ ਨਮੀ ਭਰਪੂਰ ਪਾਣੀ ਦੂਰੋਂ ਦੂਰ। ਤਾਂ ਵੱਟਾਂ ਵਾਲੇ ਝੋਨੇ ਦੇ ਵਿੱਚ ਕੀ ਹੈਗਾ ਕਿ ਪਾਣੀ ਜਿਹੜਾ ਹੈਗਾ ਫਲੱਡ ਦੇ ਰੂਪ 'ਚ ਨਹੀਂ ਹੈਗਾ, ਸਿੱਲ ਦੇ ਰੂਪ 'ਚ ਫਸਲ ਨੂੰ ਮਿਲ ਰਿਹਾ ਨਮੀ ਦੇ ਰੂਪ 'ਚ। ਤਾਂ ਪਾਣੀ ਜਿਹੜਾ ਹੈਗਾ ਉਹ ਖੇਤੀ ਲਈ ਜਿਹੜਾ ਹੈਗਾ ਸਿੱਧਾ ਪਾਣੀ ਜਿਹੜਾ ਹੈਗਾ ਉਹ ਬਹੁਤ ਖਤਰਨਾਕ ਹੈ। ਸਾਇੰਸ ਕੀ ਕਹਿੰਦੀ ਆ, ਕਿਸੇ ਵੀ ਪੌਦੇ ਨੂੰ ਆਪਣੇ ਵਾਧੇ ਵਿਕਾਸ ਲਈ ਪਾਣੀ ਨਹੀਂ, ਸਿਰਫ ਅਤੇ ਸਿਰਫ ਨਮੀ ਚਾਹੀਦੀ ਹੈ। ਤਾਂ ਹੋਣੀ ਤਾਂ ਚਾਹੀਦੀ ਸੀ ਨਮੀ ਨੂੰ ਸੈਂਟਰ 'ਚ ਰੱਖ ਕੇ ਖੇਤੀ, ਸੋਇਲ ਸੈਂਟ੍ਰਿਕ ਫਾਰਮਿੰਗ, ਅਤੇ ਇਹਨਾਂ ਨੇ ਸਾਨੂੰ ਦੇਤੀ ਕ੍ਰੋਪ ਸੈਂਟ੍ਰਿਕ ਫਾਰਮਿੰਗ। ਠੀਕ ਹੈ, ਤਾਂ ਉਹ ਜਿਹੜੀ ਤਕਨੀਕ ਹੈ ਉਹਦੇ ਨਾਲ ਪਾਣੀ ਬਚਦਾ। 2000 ਦੇ ਵਿੱਚ ਤਕਨੀਕ ਕਾਮਯਾਬ ਹੋਈ, 2020 ਤੱਕ ਪਹੁੰਚਦੇ ਜਿਹੜਾ ਹੈਗਾ ਪੰਜਾਬ ਦਾ ਪਾਣੀ ਗਰਕ ਗਿਆ। ਇਸ ਦੌਰਾਨ ਪਹਿਲਾਂ ਖੂਹ ਡੂੰਘੇ ਹੋਏ, ਫਿਰ ਖੂਹ ਮਿਲੇ ਵੀ ਬੰਦੇ ਵੀ ਮਰੇ ਖੂਹ ਡੂੰਘੇ ਕਰਦੇ, ਖਰਚੇ ਹੋਏ, ਫਿਰ ਮੋਟਰਾਂ ਵੱਡੀਆਂ ਪਈਆਂ, ਫਿਰ ਸਬਮਰਸੀਬਲ ਆਏ। ਇਹ ਸਾਰੇ ਕਾਸੇ 'ਤੇ ਖਰਚਾ ਕਿਹਦਾ ਹੋਇਆ? ਕਿਸਾਨਾਂ ਦਾ। ਅਤੇ ਬੋਰ ਫੇਲ ਹੋਏ, ਡੂੰਘੇ ਕਰਨੇ ਪਏ, ਇਹਦੇ 'ਤੇ ਖਰਚਾ ਕਿਹਦਾ ਹੋਇਆ? ਕਿਸਾਨਾਂ ਦਾ। ਉਹ ਕਰਜ਼ੇ ਦੇ ਰੂਪ 'ਚ ਕਿਸਾਨਾਂ ਦੇ ਉੱਤੇ ਪਾਣੀ ਅਰੇਂਜ ਕਰਨ ਲਈ ਮੋਟਾ ਪੈਸਾ ਚੜਿਆ। ਅੱਛਾ, ਇੱਕ ਗੱਲ ਇਹ ਹੁੰਦੀ ਹੈਗੀ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਤੁਹਾਡੇ ਵਰਗੇ ਐਕਟਿਵਿਸਟ, ਲੋਕਾਂ ਲਈ ਤਾਂ ਚੱਲਦੀ ਰਹੇ ਨੇ ਔਰਗੈਨਿਕ ਵਾਲੀਆਂ ਗੱਲਾਂ, ਹੋਰ ਡਬਲ ਸਟੈਂਡਰਡ ਹੁੰਦਾ ਪਰਿਵਾਰਾਂ 'ਚ ਕੁਛ ਹੋਰ ਚੱਲ ਰਿਹਾ ਹੁੰਦਾ ਅਤੇ ਹੋਰ ਕਿਤੇ ਹੋਰ ਚੱਲ ਰਿਹਾ ਹੁੰਦਾ, ਤੁਸੀਂ ਆਪਣੇ ਘਰੇ ਵੀ ਇਹ ਮਾਡਲ ਰੱਖ ਦਿਓਗੇ? ਖੇਤੀ ਨੂੰ ਛੱਡ ਕੇ ਚਲੋ, ਖੇਤੀ ਤੁਸੀਂ ਨਹੀਂ ਕਰਦੇ, ਬਾਕੀ ਜਿਹੜਾ ਜਿੱਥੋਂ ਤੱਕ ਮੇਰੇ ਪਰਿਵਾਰ ਦੀ ਗੱਲ ਹੈ, ਵੇਖੋ ਮੇਰੇ ਪਰਿਵਾਰ ਦੇ ਵਿੱਚ ਖੁਰਾਕ ਦੇ ਨਾਮ 'ਤੇ ਸਿੰਪਲ ਰੋਟੀ ਪਾਣੀ ਹੁੰਦਾ। ਸਾਡੇ ਘਰ ਦੇ ਵਿੱਚ ਕੋਕਾ ਕੋਲਾ, ਲੱਲਾ ਭੱਬਾ ਕੁਛ ਨਹੀਂ ਆਉਂਦਾ। ਜਵਾਕ ਤਾਂ ਸਾਰਾ ਕੁਛ ਮੰਗਦੇ ਆ, ਕੁਰਕਰੇ, ਚਿਪਸ, ਬਰਗਰ, ਪੀਜ਼ੇ, ਸਾਡੇ ਘਰ 'ਚ ਕੁਛ ਨਹੀਂ ਆਉਂਦੇ। ਠੀਕ ਹੈ, ਜਵਾਕ ਮੰਗਦੇ ਆ, ਪਰ ਅਸੀਂ ਜਦੋਂ ਮੇਰੇ ਬੱਚੇ 2 ਸਾਲ ਦੇ ਹੋਏ ਆ, ਪਹਿਲਾਂ ਮੇਰੀ ਕੁੜੀ ਉਹ 2 ਸਾਲ ਦੀ ਹੋਈ, ਮੈਂ ਉਹਨੂੰ ਉਦੋਂ ਹੀ ਗਰੂਮ ਕਰਨਾ ਸ਼ੁਰੂ ਕਰਤਾ, ਇਹਨਾਂ ਚੀਜ਼ਾਂ ਬਾਰੇ ਅਵੇਅਰ ਕਰਨਾ ਸ਼ੁਰੂ ਕਰਤਾ, ਮੇਰੀ ਘਰ ਵਾਲੀ ਨੇ ਵੀ, ਅਸੀਂ ਦੋਨਾਂ ਨੇ, ਫਿਰ ਮੇਰਾ ਮੁੰਡਾ, ਉਹਨੂੰ ਮੇਰੀ ਕੁੜੀ ਨੇ, ਨਾਲ ਅਸੀਂ ਹੁਣ 3 ਹੋ ਗਏ, ਉਹਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕਰਨ ਵਾਲੇ। ਹੁਣ ਮੇਰੇ ਬੱਚੇ ਹੋਰਾਂ ਦੇ ਬੱਚਿਆਂ ਨੂੰ ਰੋਕਦੇ ਆ ਵੀ ਇਹ ਗਲਤ ਆ, ਚਿਪਸ ਕੁਰਕਰੇ ਨਹੀਂ ਖਾਣੇ ਚਾਹੀਦੇ। ਠੀਕ ਹੈ, ਹੁਣ ਜੋ ਤੁਸੀਂ ਕਰੋਗੇ ਭਾਜੀ ਘਰ ਦੇ ਵਿੱਚ ਜਾਂ ਘਰ ਦੇ ਬਾਹਰ ਬੱਚਿਆਂ ਦੇ ਸਾਹਮਣੇ, ਉਹ ਪਹਿਲਾਂ ਬੱਚਿਆਂ ਨੇ ਉਹਨੂੰ ਅਪਣਾਉਣਾ। ਪਰ ਅੱਜ ਕੱਲ੍ਹ ਤਾਂ ਕਹਿੰਦੇ ਬੜਾ ਇੰਡੀਵਿਜੁਅਲ ਬੜਾ ਇੰਪੋਰਟੈਂਟ, ਤਾਂ ਥੋਪਣਾ ਨਹੀਂ ਚਾਹੀਦਾ। ਤੁਸੀਂ ਕਹਿੰਦੇ ਮੈਂ ਨਹੀਂ ਪਾਸਪੋਰਟ ਬਣਾਉਂ, ਬੱਚੇ ਵੀ, ਇਹ ਵੀ ਸੁਣਾਓ। ਦੇਖੋ ਮੇਰੀ ਜਿਹੜੀ ਸਮਝ ਹੈ, ਤੁਹਾਡਾ ਬਣਿਆ ਨਹੀਂ ਹੋਇਆ? ਨਹੀਂ, ਮੇਰਾ ਫਿਲਹਾਲ ਪਾਸਪੋਰਟ ਨਹੀਂ ਬਣਿਆ ਹੋਇਆ। ਮੈਨੂੰ ਆਫਰਾਂ ਹੈਗੀਆਂ ਵੀ ਤੂੰ ਗੇੜਾ ਮਾਰ, ਮੇਰਾ ਜੀ ਨਹੀਂ ਕਰਦਾ ਪਾਸਪੋਰਟ ਬਣਾਉਣ ਨੂੰ। ਠੀਕ ਹੈ, ਤਾਂ
ਮੈਂ ਪਾਸਪੋਰਟ ਨਹੀਂ ਬਣਾਇਆ ਅਤੇ ਮੇਰੀ ਸਮਝ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਅਸੀਂ ਘੱਟੋ ਘੱਟ ਪੰਜਾਬ ਲਈ ਲੜਾਂਗੇ ਅਤੇ ਪੰਜਾਬ ਲਈ ਮਰਾਂਗੇ। ਪੰਜਾਬ ਦੇ ਵਿੱਚੋਂ ਜੇ ਲੋਕ ਭਗੌੜੇ ਹੋ ਰਹੇ ਆ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ। ਤੁਸੀਂ ਪਾਸਪੋਰਟ ਨਹੀਂ ਬਣਾਓਗੇ? ਮੈਂ ਪਾਸਪੋਰਟ ਬਣਾਵਾਂਗਾ ਵੀ ਤਾਂ ਵੀ ਮੈਂ ਭਗੌੜਾ ਨਹੀਂ ਹੋਵਾਂਗਾ, ਠੀਕ ਹੈ। ਮੇਰਾ ਆਖਰੀ ਸਾਹ ਇਸ ਮਿੱਟੀ ਲਈ ਹੋਊਗਾ, ਇਹਦੇ ਲਈ ਲੜਦੇ ਹੋਏ ਅਸੀਂ ਮਰਾਂਗੇ, ਠੀਕ ਹੈ। ਇਸ ਮਿੱਟੀ ਨੂੰ ਸਾਡੀ ਲੋੜ ਹੈ। ਜਦੋਂ ਤੁਹਾਨੂੰ ਇਸ ਮਿੱਟੀ ਦੀ ਲੋੜ ਸੀ, ਇਹਨੇ ਤੁਹਾਨੂੰ ਰਜਾਤਾ ਆਪਦੇ ਉੱਤੇ ਸਾਰਾ ਜ਼ੁਲਮ ਸਿਆ ਕੈਮੀਕਲ ਫਾਰਮਿੰਗ ਵਾਲਾ, ਅਤੇ ਇਹਨੇ ਤੁਹਾਡੇ ਘਰ ਭਰਤੇ, ਤੁਹਾਡੀਆਂ ਕੋਠੀਆਂ ਕਾਠੀਆਂ ਸਭ ਪਵਾਤੀਆਂ, ਅਤੇ ਅੱਜ ਜਦੋਂ ਇਸ ਮਿੱਟੀ ਨੂੰ ਤੁਹਾਡੀ ਲੋੜ ਹੈ ਅਤੇ ਤੁਸੀਂ ਉਸੇ ਪੈਸੇ ਪਿੱਛੇ ਇਸ ਮਿੱਟੀ ਨੂੰ ਛੱਡ ਕੇ ਹੁਣ ਉਡਾਰੀਆਂ ਮਾਰ ਰਹੇ ਹੋ, ਅਤੇ ਇਸ ਮਿੱਟੀ ਦਾ ਕੀ ਕਸੂਰ ਆ? ਘੱਟੋ ਘੱਟ ਮੈਂ ਇਸ ਮਿੱਟੀ ਦਾ ਗਦਾਰ ਨਹੀਂ ਬਣਾਂਗਾ। ਇਹ ਮੇਰੀ ਮਿੱਟੀ ਹੈ, ਮੇਰੀ ਵਫਾਦਾਰੀ ਮੇਰੀ ਮਿੱਟੀ ਨਾਲ, ਮੇਰੀ ਜੰਮਣ ਭੋਏ ਨਾਲ, ਮੇਰੇ ਕੋਲ ਇੱਕ ਔਰਾ ਪੈਲੀ ਨਹੀਂ, ਅਤੇ ਮੈਨੂੰ ਫਿਰ ਵੀ ਇਸ ਮਿੱਟੀ ਦਾ ਅਹਿਸਾਨ ਮੈਂ ਮੰਨਦਾ ਕਿ ਇੱਥੇ ਮੇਰਾ ਜਨਮ ਹੋਇਆ, ਇਹਦੇ ਲਈ ਮੇਰੀ ਜ਼ਿੰਮੇਦਾਰੀ ਬਣਦੀ ਹੈ, ਠੀਕ ਹੈ। ਮੈਂ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਹੀ ਗਰੂਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਮੇਰੀ ਧੀ 6-7 ਵਰ੍ਹਿਆਂ ਦੀ ਸੀ ਤਾਂ ਬਾਹਰਲਾ ਮਾਹੌਲ ਕਿਵੇਂ ਇੰਪੈਕਟ ਕਰਦਾ, ਮੈਂ ਘਰ ਆਇਆ, ਮੈਂ ਉਹਨਾਂ ਨੂੰ ਦੋਵਾਂ ਬੱਚਿਆਂ ਨੂੰ ਇੱਦਾਂ ਲੈ ਕੇ ਰਜਾਈ 'ਚ ਪੈ ਗਿਆ ਸੀ ਗੱਲਾਂ ਲਾ ਕੇ, ਅਤੇ ਮੇਰੀ ਕੁੜੀ ਕਹਿੰਦੀ ਪਾਪਾ ਮੈਂ ਵੱਡੀ ਹੋ ਕੇ ਬਾਹਰ ਜਾਊਂਗੀ। ਮੈਂ ਕਿਹਾ ਪੁੱਤ ਬਾਹਰ ਕੀ ਕਰਨਾ ਤੂੰ? ਪੈਸੇ ਕਮਾਊਂਗੀ। ਮੈਂ ਕਿਹਾ ਪੈਸੇ ਕੀ ਕਰਨੇ ਆ ਤੂੰ? ਕਹਿੰਦੀ ਆਪਾਂ ਵੱਡਾ ਘਰ ਬਣਾਵਾਂਗੇ। ਮੈਂ ਕਿਹਾ ਵੱਡਾ ਘਰ ਕੀ ਕਰਨਾ ਆਪਾਂ, ਕਿਉਂ ਬਣਾਉਣਾ? ਕਹਿੰਦੀ ਮਾਸੀ ਕਾ ਘਰ ਵੱਡਾ। ਮੈਂ ਕਿਹਾ ਪੁੱਤ ਘਰ ਰਹਿਣ ਵਾਸਤੇ ਹੁੰਦਾ ਕਿ ਦਿਖਾਉਣ ਵਾਸਤੇ ਹੁੰਦਾ? ਕਹਿੰਦੀ ਰਹਿਣ ਵਾਸਤੇ। ਅਤੇ ਮੈਂ ਕਿਹਾ ਆਪਾਂ ਇਸ ਘਰ ਦੇ ਵਿੱਚ ਆਪਾਂ ਨੂੰ ਰਹਿਣ 'ਚ ਕੋਈ ਦਿੱਕਤ ਹੈਗੀ ਆ? ਕਹਿੰਦੀ ਨਹੀਂ। ਫਿਰ ਮੈਂ ਉਹਨੂੰ ਮੋਲਡ ਕੀਤਾ, ਪਿਆਰ ਨਾਲ ਸਮਝਾਇਆ, ਉਹਦੇ ਦਿਮਾਗ 'ਚੋਂ ਵੱਡੇ ਘਰ ਵਾਲੀ, ਬਾਹਰ ਜਾਣ ਵਾਲੀ, ਪੈਸੇ ਕਮਾਉਣ ਵਾਲੀ ਗੱਲ ਇਲੀਮੀਨੇਟ ਹੋ ਗਈ, ਠੀਕ ਹੈ। ਮੈਂ ਉਹਨੂੰ ਜ਼ਬਰਦਸਤੀ ਕੀਤਾ, ਠੀਕ ਹੈ। ਅੱਜ ਮੇਰੀ ਬੇਟੀ ਸਰਕਾਰੀ ਸਕੂਲ 'ਚ ਪੜ੍ਹਦੀ ਆ, ਮੈਂ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਪਾਏ, ਠੀਕ ਹੈ, ਸਰਕਾਰੀ ਸਕੂਲ 'ਚ ਪਾਏ। ਆਦਰਸ਼ ਸਕੂਲ 'ਚ ਪੜ੍ਹਦੇ ਸੀ ਪਹਿਲਾਂ ਮੇਰੇ ਬੱਚੇ, ਆਦਰਸ਼ ਸਕੂਲ ਬੰਦ ਹੋ ਗਿਆ ਭ੍ਰਿਸ਼ਟਾਚਾਰ ਕਰਕੇ। ਮੈਂ ਤੁਹਾਡੇ ਤੱਕ ਉਦੋਂ ਪਹੁੰਚ ਕੀਤੀ ਸੀ ਵੀ ਸਕੂਲ ਬੰਦ ਹੋ ਰਿਹਾ, ਤੁਸੀਂ ਸਾਡੀ ਆਵਾਜ਼ ਚੁੱਕੋ। ਉਦੋਂ ਤੁਸੀਂ ਵਿਧਾਨ ਸਭਾ ਵਾਲੇ ਚੱਕਰ 'ਚ ਬਿਜ਼ੀ ਸੀ, ਸਾਡੀ ਆਵਾਜ਼ ਨਹੀਂ ਚੁੱਕ ਪਾਇਆ ਕੋਈ। ਤਾਂ ਆਦਰਸ਼ ਸਕੂਲ ਬੰਦ ਹੋਇਆ, ਬੱਚਿਆਂ ਨੂੰ ਉਹ ਸਰਕਾਰੀ ਸਕੂਲ ਸੀਗਾ, ਸਾਰਾ ਕੁਝ ਉੱਥੋਂ ਪੜ੍ਹਾਈ ਫਰੀ ਸੀਗੀ, ਬੱਚੇ ਉੱਥੇ ਪੜ੍ਹਦੇ, ਬਹੁਤ ਜ਼ਬਰਦਸਤ ਪੜ੍ਹਾਈ ਸੀ ਉੱਥੇ, ਉਹ ਬੰਦ ਹੋ ਗਿਆ। ਮੇਰੀ ਵਾਈਫ ਕਹਿੰਦੀ ਇਹਨਾਂ ਨੂੰ ਹੁਣ ਆਪਾਂ ਸਰਸਵਤੀ ਸਕੂਲ 'ਚ ਲਾ ਦਈਏ, ਇੱਕ ਨਾਲ ਦੇ ਸ਼ਹਿਰ 'ਚ ਸਕੂਲ ਆ। ਮੈਂ ਕਿਹਾ ਵੀ ਮੈਂ ਕਿਸੇ ਸਕੂਲ ਵਾਸਤੇ 80,000 ਰੁਪਇਆ ਮਹੀਨਾ ਸਾਲ ਦਾ ਨਹੀਂ ਕਮਾ ਸਕਦਾ। ਆਪਣੇ ਬੱਚੇ ਪਹਿਲਾਂ ਵੀ ਸਰਕਾਰੀ ਸਕੂਲ 'ਚ ਪੜ੍ਹਦੇ ਸੀ, ਹੁਣ ਵੀ ਸਰਕਾਰੀ 'ਚ ਪੜ੍ਹਨਗੇ। ਅੱਜ ਮੇਰੀ ਬੇਟੀ 7ਵੀਂ ਜਮਾਤ 'ਚ ਆ, ਸਕੂਲ ਦੀ ਸਾਰੇ ਸਕੂਲ ਦੀ ਫੇਵਰੇਟ ਆ, ਪੂਰੀ ਹੁਸ਼ਿਆਰ ਆ, ਕਵਿਤਾਵਾਂ ਵੀ ਲਿਖਦੀ ਆ, ਪੇਂਟਿੰਗ ਵੀ ਕਰਦੀ ਆ, ਅਤੇ ਹਰ ਤਰ੍ਹਾਂ ਦੀਆਂ ਅਕੈਡਮਿਕ ਅਤੇ ਗੈਰ ਅਕੈਡਮਿਕ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹ ਪੂਰਾ ਭਾਗ ਲੈਂਦੀ ਆ ਅਤੇ ਪੁਜੀਸ਼ਨਾਂ ਵੀ ਲੈ ਕੇ ਆਉਂਦੀ ਆ, ਠੀਕ ਹੈ। ਮਤਲਬ ਜੇ ਤੁਸੀਂ ਖੁਦ ਜਾਗਰੂਕ ਹੋ, ਤੁਹਾਨੂੰ ਆਪਣੇ ਆਪ 'ਤੇ ਅਤੇ ਵਾਹਿਗੁਰੂ 'ਤੇ ਭਰੋਸਾ, ਤਾਂ ਤੁਸੀਂ ਇਮਾਨਦਾਰ ਹੋ ਬੇਸਿਕਲੀ, ਤਾਂ ਵਾਹਿਗੁਰੂ ਤੁਹਾਡੇ ਤੋਂ ਕੁਝ ਨਹੀਂ ਲੁਕਾਉਂਦਾ, ਠੀਕ ਹੈ। ਅੱਜ ਮੇਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ, ਉਹ ਜ਼ਿਆਦਾ ਐਕਸਪੋਜ਼ਰ ਹਾਸਲ ਕਰਦੇ ਆ ਪ੍ਰਾਈਵੇਟ ਵਾਲਿਆਂ ਦੇ ਮੁਕਾਬਲੇ, ਠੀਕ ਆ। ਪ੍ਰਾਈਵੇਟ ਵਾਲਿਆਂ ਦੇ ਡੁੰਨ ਵੱਟੇ ਆ,
ਤੇ ਮੇਰੇ ਬੱਚੇ ਜਿਹੜੇ ਹੈਗੇ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਹੈਸੀਅਤ ਰੱਖਦੇ ਆ। ਠੀਕ ਆ, ਤਾਂ ਓਕੇਜ਼ਨਲੀ ਕਦੇ ਕਦੇ ਮੈਂ ਉਹਨਾਂ ਨੂੰ ਖਵਾ ਵੀ ਲਿਆਉਣਾ ਵੀ ਜੇ ਉਹਨਾਂ ਦਾ ਮਨ ਹੋਵੇ। ਠੀਕ ਆ, ਇਹ ਤਾਂ ਨਹੀਂ ਵੱਡੇ ਹੋ ਕੇ ਗੁੱਸਾ ਕੱਢਣ, ਤੁਹਾਡੇ ਦੇ ਪਾਪਾ ਨੇ ਸਾਰਿਆਂ ਦੇ ਪਾਬੰਦੀ ਲਾਈ ਰੱਖੀ, ਤੇ ਹੁਣ ਤੁਸੀਂ ਦੱਸੋ ਵੀ ਇਹ ਖਾਣੀ ਹੈ ਕਿ ਨਹੀਂ। ਫਿਰ ਵੀ ਉਹ ਤਾਂ ਬੱਚੇ ਆ, ਉਹ ਕਹਿ ਸਕਦੇ ਖਾਣੀ ਹੈ, ਤਾਂ ਉਹਨਾਂ ਨੂੰ ਕਹਿ ਦਿੰਦਾ ਵੀ ਮਹੀਨੇ 'ਚ ਦੋ ਵਾਰ ਇੱਕ ਅੱਧੀ ਵਾਰੀ ਬਣਾ ਕੇ ਤੁਸੀਂ ਖਾ ਲਓ, ਪਰ ਇਹ ਨੁਕਸਾਨਦੇਹ ਆ। ਠੀਕ ਆ, ਔਰ ਆਪਾਂ ਇਹ ਵੀ ਕਹਿ ਦਈਏ ਵੀ ਨਹੀਂ ਖਾਣੀ ਤਾਂ ਨਹੀਂ ਖਾਣੀ, ਇਹ ਵੀ ਗਲਤ ਆ। ਠੀਕ ਆ, ਪਰ ਉਹਨਾਂ ਨੂੰ ਖਵਾ ਵੀ ਬੱਚਿਆਂ ਦਾ ਅਸਰ ਆ ਨਾ, ਅਸਲ 'ਚ ਆਲੇ ਦੁਆਲੇ ਦੇ ਬੱਚਿਆਂ ਦਾ ਬਹੁਤ ਅਸਰ। ਹਾਂਜੀ, ਤਾਂ ਬੱਚੇ ਨੂੰ ਤੁਸੀਂ ਕਿਵੇਂ ਗਰੂਮ ਕਰਨਾ ਉਹ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ। ਅੱਛਾ, ਮੈਂ ਲਾਸਟ ਸਵਾਲ ਕਰਨ ਲੱਗਿਆ ਤੁਹਾਨੂੰ, ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਬਾਕੀ ਸਪੀਸੀਸ ਨੇ ਖਾਸ ਤੌਰ ਤੇ ਸੁੰਡੀਆਂ ਤੱਕ ਦੀ ਤੁਸੀਂ ਗੱਲ ਕਰਦੇ ਹੋ, ਉਹ ਆਂਡੇ ਦੇਣ ਤੋਂ ਪਹਿਲਾਂ ਵੀ ਮਾਹੌਲ ਦੇਖਦੇ ਨੇ, ਇਹ ਗੱਲ ਵੀ ਸੁਣਾਓ ਕਿ ਤੇ ਅਸੀਂ ਆਪਦੇ ਬੱਚਿਆਂ ਨੂੰ ਜ਼ਹਿਰਾਂ ਖਵਾ ਰਹੇ ਹਾਂ ਜੀ, ਇਹ ਮੈਗੀ ਇਹ ਵੀ ਜ਼ਹਿਰੀ ਨੇ? ਬਿਲਕੁਲ ਬਿਲਕੁਲ, ਦੇਖੋ ਸਾਰਾ ਪ੍ਰੋਸੈਸਡ ਫੂਡ ਜ਼ਹਿਰੀ ਹੈ। ਬਿਲਕੁਲ, ਕੁਦਰਤ ਦੇ ਵਿੱਚ ਜਿਹੜੇ ਜੀਆ ਜਾਂਦਾ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਖੇਤੀ ਦੇ ਵਿੱਚ ਕੀੜੇ ਉਹ ਹਵਾ ਨਹੀਂ ਹੋਣੇ ਚਾਹੀਦੇ। ਕੁਦਰਤ ਦੇ ਵਿੱਚ ਦੋ ਤਰ੍ਹਾਂ ਨਾਲ ਕੀੜੇ ਆ, ਇੱਕ ਆਮਦ ਇੱਕ ਹਮਲਾ। ਆਮਦ ਦਾ ਕੋਈ ਨੁਕਸਾਨ ਨਹੀਂ, ਹਮਲੇ ਦਾ ਨੁਕਸਾਨ ਆ। ਆਮਦ ਨੈਚੁਰਲ ਪ੍ਰੋਸੈਸ ਆ, ਹਮਲਾ ਇਨਨੈਚੁਰਲ ਪ੍ਰੋਸੈਸ ਆ, ਉਹਦੇ ਕਾਰਨ ਹੋਰ ਹੈ। ਹਮਲੇ ਤੱਕ ਪਹੁੰਚੀ ਕਿਉਂ ਚੀਜ਼? ਉਹਦੇ ਕਾਰਨ ਤੁਹਾਡੇ ਖੇਤ 'ਚ ਤੁਸੀਂ ਖੜੇ ਕੀਤੇ ਸੰਘਣੀ ਖੇਤੀ ਕਰਕੇ। ਸੰਘਣੀ ਖੇਤੀ ਦਾ ਮਾਡਲ ਤੁਹਾਨੂੰ PAU ਨੇ ਦਿੱਤਾ। ਸੰਘਣੀ ਖੇਤੀ, ਹਵਾ ਰੋਸ਼ਨੀ ਉਹਦੇ 'ਚ ਅਵੇਲੇਬਲ ਨਹੀਂ ਰਹੂਗੀ ਲਗਾਤਾਰ, ਅਤੇ ਜ਼ਿਆਦਾ ਪਾਣੀ, ਉਹਦੇ ਕਰਕੇ ਕੀ ਹੋ ਗਿਆ? ਹਵਾ ਰੋਸ਼ਨੀ ਨਵੀਂ ਭਰਪੂਰ ਦੀ ਥਾਂ 'ਤੇ ਹਵਾ ਰੋਸ਼ਨੀ ਨਵੀਂ ਦੂਰੋਂ ਦੂਰ ਅਤੇ ਪਾਣੀ ਭਰਪੂਰ। ਇੱਥੇ ਫਿਰ ਇੱਕ ਖਾਸ ਤਰ੍ਹਾਂ ਦਾ ਮਾਹੌਲ ਬਣਦਾ, ਸਿੱਲ, ਹਨੇਰਾ ਅਤੇ ਹੁੰਮਸ। ਇਹ ਜਿਹੜਾ ਮਾਹੌਲ ਆ ਇਹ ਤੁਹਾਡੇ ਖੇਤਾਂ ਦੇ ਵਿੱਚ ਕੀੜਿਆਂ ਦੇ ਅਤੇ ਬਿਮਾਰੀਆਂ ਦੇ ਹਮਲੇ ਨੂੰ ਸੱਦਾ ਦਿੰਦਾ। ਜਿਵੇਂ ਤੁਸੀਂ ਕਹਿੰਦੇ ਬੱਚੇ ਕੀੜੇ ਦਿੰਦੇ ਹੋ, ਕਿਵੇਂ? ਤਾਂ ਹੁਣ ਕੀ ਆ ਕਿ ਕੀੜਿਆਂ ਦਾ ਇੱਕ ਲਾਈਫ ਸਾਈਕਲ ਆ, ਪਹਿਲਾਂ ਪਤੰਗਾਂ, ਫਿਰ ਆਂਡੇ, ਆਂਡਿਆਂ 'ਚੋਂ ਲਾਰਵਾ, ਲਾਰਵੇ 'ਚੋਂ ਪਿਊਪਾ। ਹੁਣ ਪਤੰਗਾ ਜਿਹੜਾ ਹੈਗਾ, ਮਾਦਾ ਪਤੰਗਾ ਜਿਹੜੀ ਹੈਗੀ ਹੈ, ਉਹ ਆਂਡੇ ਦੇਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰਦੀ ਆ, ਯਕੀਨੀ ਬਣਾਉਂਦੀ ਆ ਕਿ ਜਿਸ ਜਗ੍ਹਾ 'ਤੇ ਮੈਂ ਆਂਡੇ ਦੇਣ ਲੱਗੀ ਹਾਂ ਇੱਥੇ ਆਂਡੇ ਦੇ ਕੇ ਆਂਡਿਆਂ 'ਚੋਂ ਜਦੋਂ ਬੱਚੇ ਨਿਕਲਣਗੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ? ਪਹਿਲਾਂ ਉਹ ਸਰਵੇ ਕਰਦੀ ਆ, ਅਤੇ ਉਹਦੇ ਕੋਲ ਟਾਈਮ ਹੁੰਦਾ 2 ਤੋਂ 3 ਦਿਨਾਂ ਦਾ ਆਫਟਰ ਮੀਟਿੰਗ ਆਂਡੇ ਦੇਣ ਲਈ, ਅਤੇ ਫਿਰ ਉਹਨੇ ਮਰ ਜਾਣਾ। ਜੇ ਉਹਨੂੰ ਸੁਰੱਖਿਅਤ ਮਹਿਸੂਸ ਨਾ ਹੋਵੇ ਤਾਂ ਉਹ ਉਸ ਥਾਂ 'ਤੇ ਆਂਡੇ ਨਹੀਂ ਦਿੰਦੀ, ਅਤੇ ਜੇ ਉਹਦਾ ਟਾਈਮ ਲੰਘ ਜੇ, ਸੁਰੱਖਿਅਤ ਜਗ੍ਹਾ ਨਾ ਮਿਲੇ, ਤਾਂ ਉਹ ਆਂਡਿਆਂ ਦੇ ਸਮੇਤ ਹੀ ਮਰਨਾ ਮਨਜ਼ੂਰ ਕਰ ਲੈਂਦੀ ਹੈ, ਪਰ ਅਸੁਰੱਖਿਅਤ ਥਾਂ 'ਤੇ ਉਹ ਆਂਡੇ ਦੇਣਾ ਮਨਜ਼ੂਰ ਨਹੀਂ ਕਰਦੀ। ਅਤੇ ਇੱਕ ਅਸੀਂ ਹਾਂ ਸੋ ਕਾਲਡ ਅਤਿ ਬੁੱਧੀਮਾਨ, ਸਭ ਤੋਂ ਬੁੱਧੀ ਸਿਵਿਲਾਈਜ਼ਡ ਲੋਕ, ਦਿਨ 'ਚ 3 ਵਾਰੀ ਆਪਣੇ ਜੰਮਿਆਂ ਨੂੰ ਆਪਣੇ ਹੱਥੀਂ ਆਪ ਹੀ ਜ਼ਹਿਰ ਦੇਈ ਜਾਂਦੇ ਹਾਂ। ਸਾਡੇ ਨਾਲੋਂ ਤਾਂ ਉਹ ਮਾਦਾ ਪਤੰਗਾ ਹੀ ਚੰਗੀ ਹੈ ਜਿਨ੍ਹਾਂ ਦੇ ਮਗਰ ਅਸੀਂ ਢੋਲੀਆਂ ਚੱਕ ਕੇ ਤੁਰੇ ਫਿਰਦੇ ਹਾਂ, ਸਪਰੇਆਂ ਕਰਦੇ, ਵੀ ਉਹ ਸੇਫ ਜਗ੍ਹਾ ਚੂਜ਼ ਕਰਦੀ ਆ ਆਂਡੇ ਦੇਣ ਲਈ। ਵੀ ਬੱਚੇ ਪੈਦਾ ਕਰਨ ਤੋਂ ਪਹਿਲਾਂ ਉਹ ਸੇਫ ਜਗ੍ਹਾ ਚੂਜ਼ ਕਰਦੀ ਆ, ਅਤੇ ਅਸੀਂ ਪੈਦਾ ਕਰਕੇ ਵੀ ਉਹਨਾਂ ਨੂੰ ਜ਼ਹਿਰ ਖਵਾ ਰਹੇ ਹਾਂ, ਤਾਂ ਇਹ ਇੱਕ ਵੱਡਾ ਸਵਾਲ ਆ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ।
ਮੈਂ ਲਾਸਟ ਸਵਾਲ ਤੁਹਾਨੂੰ ਇਹ ਕਰਨ ਲੱਗਿਆ ਹੈਗਾ ਕਿ ਜੇ ਤੁਸੀਂ ਬੜੇ ਸੰਖੇਪ 'ਚ ਦੱਸੋ ਕਿ ਅਸੀਂ ਬਚ ਕਿਵੇਂ ਸਕਦੇ ਹਾਂ, ਪੰਜਾਬ ਬਚ ਕਿਵੇਂ ਸਕਦਾ ਹੈਗਾ ਜੀ, ਕਿ ਆ ਆਹ ਸਾਨੂੰ ਮਾਡਲ, ਇੱਕ ਤਾਂ ਔਰਗੈਨਿਕ ਦਾ ਮਾਡਲ ਹੋ ਗਿਆ, ਕੋਈ ਔਰਗੈਨਿਕ ਕਰ ਰਿਹਾ, ਕੋਈ ਕੁਦਰਤੀ ਖੇਤੀ ਕਰ ਰਿਹਾ, ਕੋਈ ਜੰਗਲੀ ਖੇਤੀ ਕਰ ਰਿਹਾ, ਬਹੁਤ ਥੋੜ੍ਹੇ ਦੇਖੋ ਭਾਜੀ, ਜਿਹੜੀ ਵੀ ਖੇਤੀ ਹੈ ਠੀਕ ਹੈ, ਉਹਦੇ ਵਿੱਚ ਕਿਸਾਨ ਦੀ ਦਿੱਕਤ ਕੀ ਹੈ, ਕਿਸਾਨ ਫੇਲ ਕਿਉਂ ਹੈ? ਇਸ ਮਾਡਲ ਦੇ ਵਿੱਚ ਕਿਸਾਨ ਨੂੰ ਸਿਰਫ ਪ੍ਰੋਡਕਸ਼ਨ ਤੱਕ ਸੀਮਿਤ ਰੱਖਿਆ ਗਿਆ, ਉਹ ਪੈਦਾਵਾਰ ਕਰਦਾ। ਖੇਤੀ ਜਿਹਨੇ ਜੇ ਕਾਮਯਾਬ ਹੋਣਾ ਖੇਤੀ 'ਚ, ਪੈਦਾਵਾਰ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਮੰਡੀਕਰਨ, ਇਹ ਅਗਲੇ ਤਿੰਨ ਕੰਮ ਵੀ ਕਿਸਾਨ ਨੂੰ ਆਪਣੇ ਹੱਥ 'ਚ ਲੈਣੇ ਪੈਣਗੇ। ਪਰ ਇਕੱਲਾ ਵਿਅਕਤੀ ਇਹ ਚਾਰੇ ਕੰਮ ਕਰ ਨਹੀਂ ਸਕਦਾ, ਉਹਦੇ ਲਈ ਤੁਹਾਨੂੰ ਇਕੱਠੇ ਹੋਣਾ ਪਵੇਗਾ। ਤਾਂ ਉਹਦਾ ਇਕੱਠ ਦਾ ਇੱਕ ਮਾਡਲ ਆ, ਜੇ ਕਾਮਯਾਬ ਖੇਤੀ ਕਰਨੀ ਆ ਤਾਂ ਇੱਕ ਮਾਡਲ ਆ, ਉਹ ਮਾਡਲ ਮੈਨੂੰ ਔੜਿਆ ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ, ਗੁਰੂ ਨਾਨਕ ਖੇਤੀ। ਇਸ ਮਾਡਲ ਦੇ ਤਹਿਤ ਇਹ ਚਾਰੇ ਚੀਜ਼ਾਂ ਕਰਦੇ ਹੋਏ ਤੁਸੀਂ ਇੱਕ ਧਿਰ ਬਣ ਕੇ ਖੜ੍ਹੇ ਹੋ ਸਕਦੇ ਹੋ ਕਾਰਪੋਰੇਟ ਦੇ ਬਰਾਬਰ ਦੀ। ਕੋਈ ਐਕਸਪੈਰੀਮੈਂਟ ਹੈ ਤੁਸੀਂ ਕੀਤਾ ਤਜਰਬਾ ਕੋਈ? ਮੈਂ ਲਗਾਤਾਰ ਪਰਸਿਊ ਕਰ ਰਿਹਾ। ਕਿੰਨੇ ਕੁ ਬੰਦੇ ਆ ਅੱਜ ਵੀ ਇੱਥੇ ਵੀ ਕੀਤਾ, ਜਿਵੇਂ 40 ਬੰਦਿਆਂ ਨੂੰ 25 ਬੰਦਿਆਂ ਨੂੰ ਇੱਥੇ ਪਰਸਿਊ ਕੀਤਾ, ਅਤੇ ਲਗਾਤਾਰ ਜਿੱਥੇ ਮੈਂ ਕੰਮ ਕਰ ਕਿਸਾਨਾਂ 'ਚ ਜਾਂਦਾ ਉੱਥੇ ਇਹ ਚੀਜ਼ ਪਰਸਿਊ ਕਰ ਰਿਹਾ, ਕਨਵੇ ਕਰ ਰਿਹਾ। ਜਦੋਂ ਹੀ ਮੈਨੂੰ ਬੰਦੇ ਹੱਥ ਫੜਾਉਣਗੇ ਉਹ ਮਾਡਲ ਖੜ੍ਹਾ ਕਰ ਦੂੰ। ਉਹਦੇ ਲਈ ਮੈਨੂੰ 12 ਬੰਦੇ ਚਾਹੀਦੇ ਆ। ਕੀ ਚਾਹੀਦੇ ਆ? 12 ਬੰਦੇ। ਅਤੇ ਪੰਜਾਬ 'ਚ ਬੰਦੇ ਹੈ ਨਹੀਂ, ਅਕਾਲੀ ਆ, ਕਾਂਗਰਸੀ ਆ, ਆਮ ਆਦਮੀ ਆ, ਬੀਜੇਪੀ ਆ। ਅੱਗੇ ਇੱਕ ਪਿੰਡ 'ਚ ਦੋ ਪਾਰਟੀਆਂ ਹੁੰਦੀਆਂ ਸੀ, ਹੁਣ ਇੱਕ ਘਰ 'ਚ ਚਾਰ ਪਾਰਟੀਆਂ, ਖਾਲਿਸਤਾਨੀ ਆ, ਆਰਐਸਐਸ ਆ, ਉਹ ਵੀ ਸਾਰੇ ਆ ਗਏ ਠੀਕ ਆ। ਤਾਂ ਇਹ ਸਾਰੇ ਹੀ ਆ ਗਏ, ਪਰ ਬੰਦਿਆਂ ਦੀ ਘਾਟ ਆ ਪੰਜਾਬ 'ਚ, ਬੰਦੇ ਅਸਲ ਦੇ ਵਿੱਚ ਹੈ ਹੀ ਨਹੀਂ। ਤਾਂ ਇਹ ਜਿਹੜਾ ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ, ਗੁਰੂ ਨਾਨਕ ਖੇਤੀ ਵਾਲਾ ਮਾਡਲ ਆ, ਇਹ ਕਹਿੰਦਾ ਵੀ ਬੰਦੇ ਲਿਆਓ। ਬੰਦੇ ਕਿੱਥੋਂ ਆਉਣਗੇ? ਇਹ ਉਹਦਾ ਰਾਹ ਵੀ ਦਿੰਦਾ, ਰਾਹ ਦਿੰਦਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਪਹਿਲਾਂ ਸੁਣਿਆ ਕੀ ਦਿੱਤਾ ਸੀ? ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਇਹ ਤਿੰਨੇ ਫਲਸਫੇ ਵੀ, ਦੋ ਤਾਂ ਬਹੁਤ ਗਹਿਰੀ ਗੱਲ ਕਰਦੇ ਨੇ, ਤੀਜਾ ਵੀ ਜਾ ਕੇ ਗੱਲ ਕਰਦਾ ਗੁਰੂ ਨਾਨਕ ਸਾਹਿਬ ਨਾਲ। ਖਾਲਿਸਤਾਨੀ ਤਾਂ ਨਾ ਸਿੱਖੀ ਦੇ ਨੇੜੇ ਵੀ ਨੇ, ਉਹ ਵੀ ਗੱਲ ਕਰਦੇ ਨੇ, ਕਾਮਰੇਡ ਵੀ ਬਾਬੇ ਨਾਨਕ ਦੀ ਗੱਲ ਕਰਦੇ ਨੇ, ਤੇ ਆਰਐਸਐਸ ਵੀ ਅੱਜ ਕੱਲ ਸਾਰੇ ਤਰ੍ਹਾਂ ਦੇ ਕਲੇਮ ਕਰ ਰਹੀ ਹੈ, ਫਿਰ ਵੀ ਨਹੀਂ ਬੰਦੇ ਮਿਲਦੇ ਤੁਹਾਨੂੰ? ਨਹੀਂ ਮਿਲਦੇ, ਹੈ ਨਹੀਂ ਫਿਰ ਇਹਨਾਂ, ਮਤਲਬ ਇਹਨਾਂ 'ਚ ਬੰਦੇ ਹੈ ਨਹੀਂ ਜਿੰਨਾ ਚਿਰ ਇਹਨਾਂ 'ਚ ਬੰਦੇ ਹੈ ਨਹੀਂ। ਇਹ ਤਾਂ ਆਹ ਕੋਸ਼ਿਸ਼ ਆ, ਜੋ ਤੁਸੀਂ ਬੋਲਿਆ ਇਹ ਸਾਰੇ ਆਹ ਕੋਸ਼ਿਸ਼ ਆ ਠੀਕ ਹੈ। ਬੰਦਿਆਂ ਦੀ ਲੋੜ ਆ, ਬੰਦਾ ਕਿੱਥੋਂ ਆਊਗਾ? ਬੰਦਾ ਕਿੱਥੋਂ ਆਉਂਦਾ? ਉਹਦੀ ਸ਼ੁਰੂਆਤ ਹੁੰਦੀ ਹੈ ਕਿਰਤ 'ਚੋਂ, ਕਿਰਤ 'ਚੋਂ ਲੋੜ ਪੈਦਾ ਹੁੰਦੀ ਆ, ਲੋੜ 'ਚੋਂ ਸੰਪਰਕ ਪੈਦਾ ਹੁੰਦਾ, ਸੰਪਰਕ 'ਚੋਂ ਤਾਲਮੇਲ, ਤਾਲਮੇਲ 'ਚੋਂ ਭਰੋਸਾ, ਭਰੋਸੇ 'ਚੋਂ ਪ੍ਰੇਮ, ਪ੍ਰੇਮ 'ਚੋਂ ਭਾਈਚਾਰਾ, ਭਾਈਚਾਰੇ 'ਚੋਂ ਏਕਤਾ, ਏਕੇ ਦੇ ਅੱਗੇ ਦੋ ਬੱਚੇ ਆ, ਬਰਕਤ ਅਤੇ ਬਲ। ਬਰਕਤ ਅਤੇ ਬਲ ਜਿੱਥੇ ਹੋਣਗੇ ਉਹ ਬੰਦਾ ਹੋਵੇ, ਉਹ ਸਮਾਜ ਹੋਵੇ, ਉਹ ਰਾਜ ਕਰੂਗਾ। ਅਤੇ ਜਿੱਥੇ ਬਰਕਤ ਅਤੇ ਬਲ ਨਹੀਂ ਹੋਣਗੇ ਉਹ ਸਮਾਜ ਹੋਵੇ, ਉਹ ਵਿਅਕਤੀ ਹੋਵੇ, ਉਹ ਗੁਲਾਮੀ ਭੋਗੂਗਾ। ਅਤੇ ਰਾਜ ਦਾ ਰਾਹ ਕਿੱਥੋਂ ਖੁੱਲ੍ਹ ਰਿਹਾ? ਪਹਿਲੇ ਪਾਤਸ਼ਾਹ ਨੇ ਕੀ ਕਿਹਾ? ਕਿਰਤ ਕਰੋ। ਕਿਰਤ 'ਚੋਂ ਰਾਜ ਦਾ ਰਾਹ ਖੁੱਲ੍ਹ ਰਿਹਾ। ਅਤੇ ਪੰਜਾਬੀ ਕਮਲਜੀਤ ਹੇਰ ਦੇ ਸ਼ਬਦਾਂ 'ਚ, ਕਿਰਤ ਤੋਂ ਭਗੌੜੇ ਹੋ ਚੁੱਕੇ ਆ। ਇੱਥੇ ਡਿਊਟੀ ਵੀ ਗੱਲ ਸੱਚੀ ਹੈ ਕਿ ਜਦੋਂ ਕੋਈ ਬੰਦਾ ਡਿਓਲੋਜੀ ਨਾਲ ਜੁੜਦਾ, ਚਾਹੇ ਉਹ ਖਾਲਿਸਤਾਨੀ ਨਾਲ ਜੁੜੇ, ਚਾਹੇ ਆਰਐਸਐਸ ਨਾਲ ਜਾਂ ਕਾਮਰੇਡਾਂ ਨਾਲ, ਉਹ ਗਿਆਨ ਦੇਣ ਤਾਂ ਲੱਗ ਜਾਂਦਾ, ਗਿਆਨੀ ਤਾਂ ਹੋ ਜਾਂਦਾ, ਕਿਰਤ ਕਰਨ ਨੂੰ ਹਟ ਜਾਂਦਾ, ਗਿਆਨੀ ਬਹੁਤ ਵੱਡਾ ਹੋ ਜਾਂਦਾ, ਕਹਿੰਦਾ ਮੈਂ ਹੁਣ ਗਿਆਨ ਦਿੰਦਾ, ਹੁਣ ਮੈਨੂੰ ਗਿਆਨ ਦੇਣਾ ਆ ਗਿਆ, ਹੁਣ ਸਾਰੇ ਮੇਰਾ ਗਿਆਨ ਸੁਣੋ। ਦੇਖੋ ਕੁਝ ਲੋਕਾਂ 'ਤੇ ਇਹ ਗੱਲ ਲਾਗੂ ਹੋ ਸਕਦੀ ਹੈ, ਜੇ ਤੁਸੀਂ ਗੁਰਪ੍ਰੀਤ ਦਬੜੀ ਖਾਣੇ ਨੂੰ ਦੇਖੋਗੇ। ਨਾ ਮੈਂ ਤੁਹਾਡੇ ਨਹੀਂ, ਮੈਂ ਵੈਸੇ ਕਹਿ ਰਿਹਾ, ਮੈਂ ਤੁਸੀਂ ਤਾਂ ਡਿਓਲੋਜੀ 'ਚੋਂ ਬਾਹਰ ਰੱਖ ਰਿਹਾ ਤੁਹਾਨੂੰ, ਤਾਂ ਮੈਂ ਤੁਸੀਂ ਕਿਸੇ ਖਾਤੇ 'ਚ ਹੈਗੇ ਹੋ? ਨਹੀਂ ਮੈਂ ਡਿਓਲੋਜੀ ਖਾਲਿਸਤਾਨ ਤਾਂ ਨਹੀਂ ਹੈਗੇ। ਨਹੀਂ ਹਾਲੇ ਮੈਂ ਕੁਛ ਆਰਐਸਐਸ ਤਾਂ ਨਹੀਂ ਹੈਗੇ, ਹਾਲੇ ਮੈਂ ਕੁਛ ਕਾਮਰੇਡ ਨਹੀਂ ਹੈਗੇ, ਮੈਂ ਸਿਰਫ ਇੱਕ ਪੰਜਾਬ ਪ੍ਰਸਤ, ਮੈਂ ਤੁਹਾਨੂੰ ਤਾਂ ਕਹਿ ਨਹੀਂ ਰਿਹਾ ਠੀਕ ਹੈ।
ਬਹੁਤੇ ਲੋਕ ਇਸ ਤਰ੍ਹਾਂ ਹੀ ਹੁੰਦੇ ਆ, ਗਿਆਨ ਦੇਣਾ ਉਹਨਾਂ ਨੂੰ ਬੜਾ ਸੌਖਾ ਲੱਗਦਾ, ਪਰ ਜਿਹੜਾ ਕਿਰਤ, ਜਿਵੇਂ ਤੁਸੀਂ ਕਹਿੰਦੇ ਕਿਰਤ ਟੁੱਟ ਗਏ, ਹਾਂ ਕਿਰਤ ਤੋਂ ਟੁੱਟੇ ਹੋਏ ਆ। ਦੇਖੋ ਜਿੰਨੇ ਦੀਵਾਨਾਂ ਵਾਲੇ ਬਾਬੇ ਉਹ ਵੀ ਗਿਆਨ ਹੀ ਦੇ ਰਹੇ ਆ, ਕਿਰਤ ਤਾਂ ਕਰ ਨਹੀਂ ਰਿਹਾ। ਕਿਰਤ ਕੀ? ਕਿਰਤ ਵਾਲਾ ਬਾਬਾ ਪਹਿਲੇ ਪਾਸ ਗਿਆਨ ਵੀ ਕੋਈ ਅਸਲੀ ਗਿਆਨ ਦੇਣ ਵਾਲਾ ਗਿਆ, ਉਹ ਤਾਂ ਫਿਰ ਕਿਸੇ ਰਾਹ ਪਾ ਦੂਗਾ ਨਾ। ਹਾਂ, ਉਹ ਕਿਰਤੀ ਹੀ ਗਿਆਨ ਦੇ ਅਸਲੀ ਦੇਊਗਾ, ਸਹੀ ਗੱਲ, ਉਹਦੇ ਅਮਲ ਚ ਹੋਊਗਾ। ਪਹਿਲੇ ਪਾਤਸ਼ਾਹ ਨੇ ਕਿਰਤ ਕੀਤੀ, ਠੀਕ ਹੈ, ਉਹਨਾਂ ਦਾ ਗਿਆਨ ਅੱਜ ਸਦੀਵੀ ਆ, ਸਦੀਆਂ ਬਾਅਦ, ਹਾਂ ਸਦੀਵੀ ਆ, ਹਨਾ। ਤਾਂ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਦਾ ਰਾਹ ਦਿੱਤਾ ਸਿੱਖਾਂ ਨੂੰ ਖਾਸ ਤੌਰ ਤੇ। ਅੱਜ ਪੰਜਾਬ ਕਿਰਤ ਤੋਂ ਭਗੌੜਾ ਹੋਇਆ ਪਿਆ, ਇੱਥੇ 6 ਘੰਟੇ ਖੇਤ 'ਚ ਕੰਮ ਨਹੀਂ ਕਰ ਸਕਦੇ, 8 ਘੰਟੇ, ਅਤੇ ਉਹੀ ਲੋਕ ਸਾਰਾ ਟੱਬਰ ਕੈਨੇਡਾ 'ਚ, ਅਮਰੀਕਾ 'ਚ, ਵਿਦੇਸ਼ੀ ਧਰਤੀਆਂ ਦੇ ਸਾਰਾ ਟੱਬਰ 8 ਤੋਂ ਲੈ ਕੇ 12-12 ਘੰਟੇ ਸ਼ਿਫਟਾਂ ਲਾ ਰਿਹਾ। ਜਿਹੜੀ ਖੇਤੀ ਆ ਅਸਲ ਦੇ ਵਿੱਚ ਇੱਕ ਪਰਿਵਾਰਕ ਕਿੱਤਾ, ਤਾਂ ਜਦੋਂ ਤੁਸੀਂ ਸਾਰਾ ਪਰਿਵਾਰ ਵਿਦੇਸ਼ੀ ਧਰਤੀਆਂ 'ਤੇ ਕੰਮ ਕਰ ਸਕਦੇ ਹੋ ਤਾਂ ਆਪਦੇ ਖੇਤ 'ਚ ਕਿਉਂ ਨਹੀਂ ਕਰਨਾ ਚਾਹੁੰਦੇ? ਠੀਕ ਹੈ, ਇੱਥੇ ਇੱਕ ਬੰਦਾ ਖੇਤ 'ਚ ਕੰਮ ਕਰੂਗਾ ਅਤੇ ਬਾਕੀਆਂ ਨੂੰ ਤਾਂ ਅੱਜ ਕੱਲ੍ਹ ਜਿਹੜੀਆਂ ਨੂੰਹਾਂ, ਧੀਆਂ, ਪੋਤਰੇ ਆ, ਉਹਨਾਂ ਨੂੰ ਖੇਤ ਹੀ ਨਹੀਂ ਪਤਾ ਵੀ ਸਾਡਾ ਖੇਤ ਕਿੱਥੇ ਆ। ਇਹ ਪੰਜਾਬ ਦਾ ਇੱਕ ਤ੍ਰਾਸਦੀ ਆ ਕਿ ਸਾਡੇ ਘਰਾਂ ਦੇ ਵਿੱਚ ਬਹੁਤੇ ਸਾਡੇ ਜੀਆਂ ਨੂੰ ਇਹ ਨਹੀਂ ਪਤਾ ਵੀ ਸਾਡਾ ਖੇਤ ਕਿੱਥੇ ਆ, ਕਿਹੜਾ ਖੇਤ ਆ। ਖੇਤਾਂ ਦੇ ਨਾਂ ਵੀ ਨਹੀਂ ਹੁਣ ਤਾਂ ਯਾਦ ਕਿਸੇ ਨੂੰ, ਫਲਾਨੇ ਵਾਲਾ ਖੇਤ, ਰੂੜੇ ਵਾਲਾ ਖੇਤ, ਹੈ ਜੀ। ਤਾਂ ਖੇਤਾਂ ਦੀਆਂ ਦਿਸ਼ਾਵਾਂ ਵੀ ਨਹੀਂ ਪਤਾ, ਨਾਂ ਵੀ ਨਹੀਂ ਪਤਾ ਅਤੇ ਖੇਤ ਵੀ ਨਹੀਂ ਪਤਾ ਜੀ। ਤਾਂ ਕਿਰਤ ਨਾਲ ਜੁੜੋਗੇ ਤਾਂ ਬਰਕਤਾਂ ਅਤੇ ਬਲਾਂ ਵਾਲੇ ਪਾਸੇ ਜਾਊਂਗੇ, ਨਹੀਂ ਤਾਂ ਜੋ ਹਾਲ ਹੈਗਾ ਇੱਦੂ ਮੰਦੇ ਹਾਲ ਹੋਣਗੇ। ਜਿਹੜੇ ਸਿਸਟਮ ਹੈਗੇ ਆ ਉਹ ਕਿਤੋਂ ਹੋਰ ਚੱਲਦੇ ਪਏ ਆ, ਅਤੇ ਉਹਨਾਂ ਦਾ ਮਕਸਦ ਸਪਸ਼ਟ ਆ ਕਿ ਪੰਜਾਬ ਦੇ ਕਿਸਾਨਾਂ ਕੋਲ ਜ਼ਮੀਨ ਨਹੀਂ ਛੱਡਣੀ, ਦੁਨੀਆ ਭਰ ਦੇ ਕਿਸਾਨਾਂ ਕੋਲ ਜ਼ਮੀਨ ਨਹੀਂ ਛੱਡਣੀ, ਅਤੇ ਜਿਹੜੇ ਬੰਦੇ ਜ਼ਮੀਨ ਸਾਂਭ ਜਾਣਗੇ ਕਿਰਤ ਦੇ ਦਮ 'ਤੇ ਉਹ ਰਾਜੇ ਹੋਣਗੇ ਭਵਿੱਖ ਦੇ, ਅਤੇ ਨਹੀਂ ਤਾਂ ਸਿਲਕ ਰੂਟ ਵਾਲੇ ਰਾਹ 'ਚ ਭਿੱਖ ਮੰਗਿਆਂ ਨਾਲੋਂ ਭੈੜੀ ਹਾਲਤ ਹੋਊਗੀ। ਇਹ ਗੱਲ ਸਾਨੂੰ ਨੋਟ ਕਰਕੇ ਚੱਲਣਾ ਚਾਹੀਦਾ। ਧੰਨਵਾਦ ਬਾਈ ਜੀ, ਬਹੁਤ ਬਹੁਤ ਧੰਨਵਾਦ ਸਾਡਾ। ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ, ਧੰਨਵਾਦ ਤੁਸੀਂ ਅੱਜ ਮੌਕਾ ਦਿੱਤਾ, ਸ਼ੁਕਰੀਆ।